ਉਹਦਾ ਮੈਂ ਸਤਿਕਾਰ ਕਰਦਾ ਤੇ ਉਹਦਾ ਮੈਂ ਦੁੱਖ ਆਪਣੇ ਪਿੰਡ ਤੇ ਹਟਾਉਂਦਾ ਕਿ ਕਿਸੇ ਧੀ ਨੂੰ ਕਦੇ ਵੀ ਜ਼ਿੰਦਗੀ ਵਿੱਚ ਇੰਨਾ ਦੁੱਖ ਨਾ ਦਿੱਤਾ ਜਾਵੇ ਜਿੰਨਾ ਇਹਨੂੰ ਦੁੱਖ ਦਿੱਤਾ ਇਹਦੀ ਸੱਸ ਨੇ, ਘਰ ਵਾਲੇ ਨੇ, ਨਨਾਣ ਨੇ, ਨਣਦੋਈਏ ਨੇ। ਪਰ ਦੂਜਾ ਦੁੱਖ ਇਹਦੀ ਮਾਂ ਨੇ ਵੀ ਦਿੱਤਾ ਜਿਹਨੇ ਇੰਨੀ ਛੋਟੀ ਉਮਰ ਵਿੱਚ ਕੁੜੀ ਨੂੰ ਵਿਆਹਿਆ। ਆਓ ਸਾਨੂੰ ਕਾਲ ਕਰੋ, ਤੁਹਾਡੇ ਵਿੱਚ ਕੋਈ ਵੀ ਹੈ ਨਹੀਂ ਐਸੀ ਮਾਂ ਕੋਈ ਭੈਣ ਜੋ ਹਮਦਰਦੀ ਰੱਖਦੀ ਹੋਵੇ ਇਸ ਕੁੜੀ ਨਾਲ। ਇਹ ਤਾਂ ਬੱਚਾ ਸੀਗਾ, ਭੋਲੀ ਸੀ ਕੁੜੀ, 17 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ, ਜਿੱਦਾਂ ਮਰਜ਼ੀ ਤੌਰ ਤੇ ਬੱਚਾ ਗੱਲ ਸੁਣ ਲੈਂਦਾ। ਬੱਚਾ ਜ਼ਿੰਦਗੀ ਦਾ ਫੈਸਲਾ ਨਹੀਂ ਲੈ ਸਕਦਾ 17 ਸਾਲ ਦੀ ਉਮਰ ਦੇ ਵਿੱਚ। ਪਰ ਇਸ ਬੱਚੇ ਦੇ ਵਾਸਤੇ ਇਹਦਾ ਵਿਆਹ ਕਰ ਦੇਣਾ ਕਿਹਨਾਂ ਹਾਲਾਤਾਂ ਵਿੱਚ ਕੀਤਾ, ਆਓ ਸਾਨੂੰ ਕਾਲ ਕਰੋ। ਤੁਹਾਡੀ ਕਾਲ ਦੀ ਉਡੀਕ ਵਿੱਚ ਸਾਡਾ ਨੰਬਰ ਹੈ 416-900-2775 ਜਾਂ 416-785-0680 'ਤੇ ਸਾਨੂੰ ਕਾਲ ਕਰੋ। ਕਾਲ ਦੀ ਉਡੀਕ ਵਿੱਚ ਆ ਗਏ ਜੀ, ਥੋੜ੍ਹੀ ਜਿਹਾ ਗੱਲ ਕਰੋਗੇ ਕਿ ਤੁਹਾਡੇ ਵਿਚਾਰ। ਜੀ ਜੀ ਸਤਿ ਸ੍ਰੀ ਅਕਾਲ। ਗੁਰਜੀਤ, ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ, ਮੇਕ ਸ਼ੋਰ ਕਿ ਦੱਸਿਆ ਕਰੋ ਕਿ ਸਾਡੇ ਕੋਲ ਸਮਾਂ ਇਸ ਵੇਲੇ ਘੱਟ ਹੈ ਜਾਂ ਕੁਝ ਮਿੰਟਾਂ ਬਾਅਦ ਗੱਲ ਕਰ ਸਕਦੇ ਹਾਂ, ਨਾ ਕਿ ਚੱਲਦੇ ਹੋਏ ਦੱਸੋ ਜੀ ਸਾਨੂੰ 2 ਮਿੰਟ ਦਿਓ ਜੀ, ਅਸੀਂ ਜੀ ਫਿਰ ਗੱਲ ਕਰ ਸਕਦੇ। ਇਹਨਾਂ ਸਮਾਂ ਬੇਸ ਹੁੰਦਾ, ਤੁਸੀਂ ਜ਼ਿੰਮੇਵਾਰ ਵਿਅਕਤੀ ਹੋ, ਤੁਸੀਂ ਬੱਚਿਆਂ ਨੂੰ ਜਨਮ ਦੇ ਚੁੱਕੇ ਹੋ। ਤੁਹਾਡੀ ਉਮਰ ਕਿੰਨੀ ਹੈ ਇਸ ਵੇਲੇ? 39 ਹੈ। ਉੱਚੀ ਬੋਲੋ ਥੋੜ੍ਹੀ ਜਿਹੀ, ਪਲੀਜ਼ ਮੂੰਹ ਵਿੱਚ ਨਾ ਬੋਲੋ, ਉੱਚੀ ਬੋਲੋ। 39 ਹੈ ਸਰ। ਹਾਂਜੀ, ਪੰਜਾਬੀ ਚ ਗੱਲ ਕਰ ਲਓ। 39 ਸਾਲ ਤੁਹਾਡੀ ਉਮਰ ਹੋ ਚੁੱਕੀ ਹੈ। ਕਿੰਨਾ ਪੜ੍ਹੇ ਤੁਹਾਨੂੰ? ਹਾਂਜੀ ਸਰ। ਕਿੰਨਾ ਪੜ੍ਹੇ ਆਪ ਜੀ? +2 ਸਰ। ਹਾਂਜੀ, +2 ਪੜ੍ਹੀ ਹੋਈ ਹੈ ਜੀ। +2 ਪੜ੍ਹੀ ਹੋਈ ਹੈ ਜੀ ਮੈਂ। ਅੱਛਾ, ਕਿੰਨੇ ਬੱਚਿਆਂ ਦੇ ਮਾਂ ਹੋ ਆਪ ਜੀ? 2 ਬੱਚੇ ਹੈ ਜੀ, ਕਾਂਚਲਪ੍ਰੀਤ ਕੌਰ ਇੱਕ, ਇਸ ਤੋਂ ਬੇਟਾ ਛੋਟਾ ਜੀ ਜਸ਼ਨਦੀਪ ਸਿੰਘ। ਓਕੇ, ਤੁਹਾਡਾ ਕਾਰੋਬਾਰ ਕੀ ਹੈ? ਸਰ ਮੇਰੀ ਬੁਟੀਕ ਹੈ, ਪਹਿਲਾਂ ਮੈਂ ਸਿਲਾਈ ਟੀਚਰ ਸਰਕਾਰੀ ਜੌਬ ਕੀਤੀ ਹੈ ਸਰ। ਹੁਣ ਤੁਸੀਂ ਰਿਟਾਇਰਮੈਂਟ ਤੇ ਆਪ ਜੀ? ਹਾਂਜੀ ਸਰ, ਹੁਣ ਮੈਂ ਆਪਣੀ ਸ਼ੋਪ ਬੁਟੀਕ ਸ਼ਹਿਰ ਕੀਤੀ ਹੋਈ ਹੈ ਸਰ। ਤੁਹਾਡੀ ਕਿੰਨੀ ਉਮਰ ਇਸ ਵੇਲੇ? ਸਰ 39 ਸਾਲ। 39 ਸਾਲ। ਆਪ ਜੀ ਦੇ ਪਤੀ ਪਰਮੇਸ਼ਰ? ਸਰ ਉਹ ਅਸੀਂ ਜਨਰਲ ਕਾਸਟ ਜੀ, ਉਹ ਕੰਬਾਈਨ ਵਗੈਰਾ ਤੇ ਖੇਤੀਬਾੜੀ ਕਰਦੇ ਨੇ। ਖੇਤੀਬਾੜੀ ਕਰਦੇ ਨੇ। ਤੁਹਾਡਾ ਜ਼ਿਲ੍ਹਾ ਕਿਹੜਾ ਆ? ਹਾਂਜੀ, ਸਾਡਾ ਪਟਿਆਲਾ ਜ਼ਿਲ੍ਹਾ ਸਰ। ਪਟਿਆਲਾ ਆ। ਤੁਹਾਡਾ ਇਸ਼ੂ ਜਿਹੜਾ ਹੈ, ਮੈਨੂੰ ਯਾਦ ਹੈ ਕਿ ਆਪਾਂ ਸਟੋਰੀ ਕਵਰ ਕੀਤੀ ਸੀ ਕਿ ਇੱਕ ਲੜਕਾ ਤੁਹਾਡੀ ਲੜਕੀ ਦੇ ਨਾਲ ਵਿਆਹ ਕਰਾ ਕੇ ਤੁਸੀਂ ਫੀਸ ਤਾਰੀ ਹੈ ਤਾਂ ਕੈਨੇਡਾ ਵਿੱਚ ਤੁਸੀਂ ਭੇਜ ਦਿੱਤਾ, ਠੀਕ ਹੈ ਨਾ? ਹਾਂਜੀ ਸਰ। ਤਾਂ ਤੁਸੀਂ ਕਿੰਨੇ ਪੈਸੇ ਲਾਏ ਉਸ ਲੜਕੇ ਤੇ? ਸਰ ਉਹਨਾਂ ਨੇ ਸਾਡੇ, ਅਸੀਂ ਫਾਈਲ ਲਾਈ ਹੋਈ ਸੀ ਲੜਕੀ ਦੀ, ਉਹਨਾਂ ਨੇ ਜਦੋਂ ਸਾਡੇ ਕੋਲ ਆ ਕੇ ਰਿਸ਼ਤਾ ਮੰਗਿਆ। ਮੈਂ ਜੋ ਪੁੱਛ ਰਿਹਾ ਉਹਨੂੰ ਜਵਾਬ ਦਿਓ, ਤੁਸੀਂ ਕੱਲ ਟੋਟਲ ਕਿੰਨੇ ਪੈਸੇ ਖਰਚੇ ਸੀ ਫੀਸ ਦੇ ਵਿਆਹ ਤੇ, ਕਿੰਨੇ ਟੋਟਲ? ਸਰ ਲੱਗ ਗਏ ਹੋਣਾ 30-35 ਲੱਖ ਰੁਪਏ ਲੱਗ ਗਏ ਹੋਣਾ ਸਰ ਟੋਟਲ। 30-35 ਲੱਖ। ਕਿਹੜੇ ਸਾਲ ਵਿੱਚ ਵਿਆਹ ਹੋਇਆ ਸੀ? 20 ਸਰ। ਹਾਂਜੀ, 21 ਨਵੰਬਰ 2020। 21 ਨਵੰਬਰ 2020 ਦੇ ਵਿੱਚ ਸ਼ਾਦੀ ਕੀਤੀ। ਸ਼ਾਦੀ ਕਰਕੇ ਬੱਚਾ ਕਿੰਨਾ ਸਮਾਂ ਰਿਹਾ? ਸਰ 1.5 ਸਾਲ ਉਹ ਇੱਥੇ ਰਿਹਾ, ਉਸ ਤੋਂ ਬਾਅਦ ਕੈਨੇਡਾ ਚਲਾ ਗਿਆ। ਤਾਂ ਕੈਨੇਡਾ ਜਾਣ ਦੇ ਵਾਸਤੇ ਤੁਸੀਂ ਪ੍ਰਬੰਧ ਕੀਤੇ, ਫੀਸ ਤੁਸੀਂ ਤਾਰੀ ਬੱਚੇ ਦੀ? ਹਾਂਜੀ ਸਰ। ਓਕੇ, 2 ਸਾਲ ਬੱਚਾ ਰਿਹਾ, ਕੋਈ ਬੱਚੇ ਨੂੰ ਜਨਮ ਦਿਨ ਦਿੱਤਾ? ਸਰ 2 ਬੇਬੀ ਹੋਏ ਸੀ, ਇਹਨਾਂ ਨੇ ਅਬੋਰਸ਼ਨ ਕਰਵਾਤਾ ਸੀ ਮੇਰੀ ਬੇਟੀ ਦਾ, ਸਾਨੂੰ ਦੱਸਿਆ ਨਹੀਂ ਸੀ ਸਰ ਇਹਨਾਂ ਨੇ। ਇੱਕ ਤਾਂ ਕ੍ਰਾਈਮ ਹੈ, ਇਹ ਬਹੁਤ ਵੱਡਾ ਕ੍ਰਾਈਮ ਹੈ ਕਿ 2 ਬੱਚਿਆਂ ਨੂੰ ਜਨਮ ਦਿੱਤਾ, ਹੁਣ 2 ਬੱਚੇ 2 ਸਾਲ ਦੇ ਹੋ ਜਾਣੇ ਸੀਗੇ, ਔਰ ਇੱਕ 2 ਦਾ 3 ਦਾ ਹੁੰਦਾ, ਤਾਂ ਤੁਸੀਂ ਇਹ 2 ਬੱਚਿਆਂ ਦਾ ਅਬੋਰਸ਼ਨ ਕਰ ਦਿੱਤਾ, ਤੁਹਾਨੂੰ ਦੱਸਿਆ ਨਹੀਂ। ਕਿੱਡਾ ਵੱਡਾ ਪਾਪ ਕਮਾਇਆ ਤੁਸੀਂ! ਇਹ ਪਾਪ ਕਮਾਉਣ ਦੇ ਵਿੱਚ ਕਿਹੜੀ ਕਲਹਿਣੀ ਹੈ ਔਰਤ? ਇਹ ਮਾਂ ਪੁੱਤੀ ਦੋਸ਼ੀ ਹੈ ਸਰ, ਇਹਨਾਂ ਇਹੀ ਲੈ ਕੇ ਗਏ ਨੇ, ਇਹਨਾਂ ਇਹੀ ਇਸ ਇਹਦੇ ਹੁਣ ਗੁਨਾਹਗਾਰ ਨੇ ਜੀ। ਇਹ ਤੁਸੀਂ ਵਿਆਹ ਕਰਾਇਆ,
ਇਹ ਰਲਾ ਲਵ ਮੈਰਿਜ ਬੱਚੇ ਜਾਂ ਅਰੇਂਜ ਮੈਰਿਜ ਹੈ? ਨਹੀਂ ਸਰ, ਅਰੇਂਜ ਮੈਰਿਜ ਹੈ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਬੱਚਿਆਂ ਦੀ ਏਜ ਘੱਟ ਹੈ ਸਰ, ਅਸੀਂ ਇਹ ਗੱਲ ਕਹੀ ਹੈ, ਪਰ ਇਹਦੀ ਮਾਤਰ ਨੇ ਕਿਹਾ ਮੈਂ ਪਹਿਲਾਂ ਵੀ ਆਪਣੇ ਬੇਟੇ ਨੂੰ ਤੇ ਬੇਟੀ ਨੂੰ 16-16 ਸਾਲ ਦਿਆਂ ਨੂੰ ਹੀ ਮੈਰਿਜ ਕੀਤੀ ਹੈ, ਤੇ ਇਸ ਤੋਂ ਪਹਿਲਾਂ ਵੀ ਇਹਦੀ ਇੰਗੇਜਮੈਂਟ ਮੁੰਡੇ ਦੀ ਹੋਈ ਹੋਈ ਸੀਗੀ। ਇਹ ਮੁੰਡੇ ਦਾ ਨਾਮ ਕੀ ਹੈ? ਸੁਖਚੈਨ ਸਿੰਘ ਹੈ ਜੀ। ਅੱਛਾ, ਤੁਹਾਡੀ ਗੁੱਡੀ ਦਾ ਨਾਮ ਕੀ ਹੈ? ਅੰਚਲ ਪ੍ਰੀਤ ਕੌਰ ਹੈ ਜੀ। ਕੀ ਨਾਮ? ਅੰਚਲ ਪ੍ਰੀਤ ਕੌਰ। ਹਾਂਜੀ। ਵਿਆਹ ਵੇਲੇ ਕਿੰਨੀ ਉਮਰ ਸੀ ਇਹਨਾਂ ਬੱਚਿਆਂ ਦੀ? ਸਰ, ਅੰਚਲ ਪ੍ਰੀਤ ਕੌਰ ਦੀ 17 ਸਾਲ ਸੀ ਤੇ ਸੁਖਚੈਨ ਸਿੰਘ ਦੀ 18 ਸਾਲ ਸੀ। ਤੁਸੀਂ ਮੈਨੂੰ ਦੱਸੋ, ਤੁਸੀਂ ਬਦਰ ਰੋਡ ਟੀਚਰ ਹੋ, ਤੁਸੀਂ ਸਮਝ ਨਹੀਂ ਕਿ 17 ਸਾਲ ਦੀ ਬੱਚੀ ਦਾ ਵਿਆਹ ਕਰਨਾ ਠੀਕ ਹੈ? ਸਰ, ਅਸੀਂ ਇਹ ਗੱਲ ਪਹਿਲਾਂ ਕਹੀ ਸੀ ਵੀ ਸਾਨੂੰ ਇਸ ਜੁਰਮ ਸਜ਼ਾ ਹੋਊਗੀ, ਬਟ ਇਹਦੀ ਮੰਮਾ ਨੇ ਕਿਹਾ ਕੋਈ ਜੀ ਨਹੀਂ ਜੀ, ਮੈਂ ਪਹਿਲਾਂ ਆਪਣੀ ਬੇਟੀ ਦੀ, ਪਹਿਲਾਂ 16 ਸਾਲ ਦੀ ਆਪਣੇ ਬੇਟੇ ਦੀ ਮੈਰਿਜ। ਡਜ਼ਨਟ ਮੈਟਰ ਉਹ ਕੀ ਕਹਿੰਦੇ ਜੀ, ਨਹੀਂ ਕਹਿੰਦੇ ਤੁਸੀਂ ਟੀਚਰ ਰਹੇ ਹੋ, ਤੁਸੀਂ ਟੀਚਰ ਰਹੇ ਵੀ ਹੋ ਜਾਂ ਤੁਸੀਂ ਗੱਲੀਬਾਤੀ ਟੀਚਰ ਹੋ? ਨਹੀਂ ਸਰ, ਮੈਂ ਟੀਚਰ ਰਹੀ ਹਾਂ। ਤੁਹਾਡੀ ਯੋਗਤਾ ਕੀ ਹੈ, ਕੁਆਲੀਫਿਕੇਸ਼ਨ ਕੀ ਤੁਸੀਂ ਹੋਲਡ ਕਰਦੇ ਹੋ? ਸਰ, ਪਲੱਸ ਟੂ ਤੋਂ ਬਾਅਦ ਮੈਂ ਆਈ ਟੀ ਕੀਤੀ ਸੀ, ਡਿਪਲੋਮਾ ਕੀਤਾ ਸੀ ਸਰ, ਉਸ ਤੋਂ ਬਾਅਦ ਮੈਂ ਟੀਚਰ ਲੱਗੀ ਹਾਂ, ਸਿਲਾਈ ਟੀਚਰ ਰਹੀ ਹਾਂ ਮੈਂ। ਤੁਸੀਂ ਕਿਹੜਾ ਸਬਜੈਕਟ ਜਿਹੜਾ ਤੁਸੀਂ ਪੜ੍ਹਾਉਂਦੇ ਸੀ ਬੱਚਿਆਂ ਨੂੰ? ਨਹੀਂ ਸਰ, ਮੈਂ ਪੜ੍ਹਾਉਂਦੀ ਨਹੀਂ ਸੀ, ਮੈਂ ਸਿਰਫ ਲੇਡੀਜ਼ ਨੂੰ ਸਿਲਾਈ ਸਟਿਚਰ ਸਟਿਚਿੰਗ ਸਿਖਾਉਂਦੀ ਸੀ। ਓ ਹਾਂਜੀ, ਤੁਹਾਡਾ ਕਸੂਰ ਨਹੀਂ ਹੈ, ਤੁਹਾਡਾ ਕਸੂਰ ਨਹੀਂ ਹੈ, ਤੁਹਾਡਾ ਬਿਲਕੁਲ ਕਸੂਰ ਨਹੀਂ ਹੈ। ਤੁਸੀਂ ਸਿਲਾਈ ਸਿਖਾ ਲਈ ਸੀ ਤੇ ਤੁਸੀਂ ਕਹਿ ਰਹੇ ਟੀਚਰ ਸੀ। ਥੈਂਕ ਯੂ ਸੋ ਮਚ, ਮਿਹਰਬਾਨੀ। ਬੱਚੇ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੀ ਤੁਸੀਂ ਖੁਦ ਆਪ ਹੋ। ਤੁਹਾਨੂੰ ਚਾਹੀਦਾ ਕਿ 17 ਸਾਲ ਦੀ ਬੱਚੀ ਨੂੰ ਵਿਆਹ ਕਰਨਾ, ਇਹ ਕੈਨੇਡਾ ਦੀ ਖਾਤਰ ਤੁਸੀਂ ਵਿਆਹ ਕੀਤਾ, ਇਹ ਟਰੂ ਹੈ, ਇਹ 100% ਟਰੂ ਹੈ। ਠੀਕ ਹੈ ਸਰ। ਆਪਣੇ ਗੁਰਜੀਤ ਕੌਰ ਜੀ, ਇਹ ਸੱਚ ਹੈ ਨਾ ਕਿ ਧੀ ਦਾ ਤੁਸੀਂ ਫਿਊਚਰ ਬਣਾਉਣ ਵਾਸਤੇ ਤੁਹਾਨੂੰ ਇਹ ਪੈਰ ਪੱਟਣੇ ਪਏ, ਪੈਰ ਤੇ ਕੁਹਾੜੀ ਮਾਰੀ ਤੁਸੀਂ ਆਪਣੇ, ਔਰ ਇਹ ਫੈਸਲਾ ਤੁਹਾਡਾ ਗਲਤ ਹੈ, ਤੁਸੀਂ ਮਹਿਸੂਸ ਕਰਦੇ ਹੋ ਗਲਤ ਫੈਸਲਾ ਸੀ? ਹਾਂਜੀ ਸਰ, ਅਸੀਂ ਮੰਨਦੇ ਹਾਂ। ਤੇ ਤੁਹਾਨੂੰ ਕਿਹੜੀ ਲੋੜ ਸੀ ਕਿ ਤੁਸੀਂ ਕੁੜੀ ਨੂੰ ਖੂਹ ਵਿੱਚ ਧੱਕਾ ਦਿੰਦੇ? 17 ਸਾਲ ਦੀ ਕੁੜੀ ਦਾ ਵਿਆਹ ਕਰ ਦਿੱਤਾ, 35 ਲੱਖ ਰੁਪਈਏ ਲਾ ਕੇ ਮੁੰਡੇ ਭੇਜ ਦਿੱਤਾ, ਮੁੰਡੇ ਨੇ ਇੱਥੇ ਆਣ ਕੇ ਤੁਹਾਨੂੰ ਜਵਾਬ ਦੇ ਦਿੱਤਾ, ਦੋ ਬੱਚਿਆਂ ਦੀ ਮਾਂ ਬਣ ਗਈ, ਔਰ ਕਿੰਨੇ ਸਾਲ ਚ ਬੱਚੇ ਹੋ ਗਏ, ਮਤਲਬ 17 ਸਾਲ ਦੇ ਚ ਵਿਆਹ ਹੋਇਆ, ਔਰ ਕਿੰਨੇ ਮਹੀਨੇ ਬਾਅਦ ਅਬੋਰਸ਼ਨ ਕਰਾ ਦਿੱਤਾ? ਸਰ, ਇਹਨਾਂ ਨੇ ਵਿਆਹ ਤੋਂ ਇੱਕ ਐਮਰਜੈਂਸੀ ਬ੍ਰੇਕ ਲੈਣਾ ਚਾਹਾਂਗੇ ਜੀ। ਗੁਰਜੀਤ ਕੌਰ, ਆਪਾਂ ਇਹ ਪਹਿਲਾਂ ਵੀ ਇੰਟਰਵਿਊ ਕੰਡਕਟ ਕਰ ਚੁੱਕੇ ਹਾਂ, ਔਰ ਇਸ ਇੰਟਰਵਿਊ ਨੂੰ ਅਸੀਂ ਦੱਸਿਆ ਸੀ ਤੁਸੀਂ ਤੁਹਾਡੀ ਲੜਕੀ ਨੂੰ ਇਹ ਅਮਰੀਕਾ ਹਾਂਗਕਾਂਗ ਵਗੈਰਾ ਕਿੱਥੇ ਲੈ ਗਏ ਸੀਗੇ? ਸਰ, ਹਾਂਗਕਾਂਗ ਲੈ ਗਏ ਸੀਗੇ, ਇਹਦੀ ਨਣਦ ਲੈ ਕੇ ਗਈ ਸੀ। ਤੁਹਾਨੂੰ ਮਤਲਬ ਉਹਨਾਂ ਨੇ ਭੁਲੇਖੇ ਚ ਪਾਇਆ, ਉੱਥੇ ਲੈ ਗਏ, ਔਰ ਉਸ ਤੋਂ ਬਾਅਦ ਕੋਈ ਬਹਾਨਾ ਲਾਇਆ ਕਿ ਉੱਥੇ ਜਲਦੀ ਇਸ ਤਰ੍ਹਾਂ ਇਮੀਗ੍ਰੇਸ਼ਨ ਦਾ ਹੋਊਗਾ, ਉਹ ਤੋਂ ਬਾਅਦ ਫਿਰ ਇਹਨੂੰ ਤੇ ਦੋਸ਼ ਲਾਤਾ ਕਿ ਇਹ ਕਿਸੇ ਚੈਨੀ ਲੜਕੇ ਦੇ ਨਾਲ ਇਹਦਾ ਫੇਰ ਆ, ਕੁਛ ਇਸ ਤਰ੍ਹਾਂ ਹੋਇਆ ਨਾ ਇਹ ਕੇਸ ਉਹ ਆ। ਹਾਂਜੀ ਹਾਂਜੀ। ਓਕੇ, ਕਿੰਨੇ ਮਹੀਨੇ ਰਹੀ ਆ ਫਿਰ ਆਪਣੀ ਨਣਾਨ ਕੋਲ ਇਹ? ਸਰ, ਇਹ 2.5 ਸਾਲ ਰਹੀ ਆ ਉੱਥੇ। 2.5 ਸਾਲ ਧੱਕੇ ਖਾਂਦੀ ਰਹੀ ਆ ਉੱਥੇ? ਹਾਂਜੀ। ਤਾਂ ਫਿਰ ਉੱਥੇ ਗਈ ਕਾਹਤੋਂ ਆ? ਇਹਨਾਂ ਨੇ ਮਤਲਬ ਤੁਹਾਨੂੰ ਉਲਝਾ ਰਿਹਾ, ਤੁਹਾਨੂੰ ਇਹਨਾਂ ਨੇ ਮਤਲਬ ਗਲਤ ਤਰੀਕੇ ਨੂੰ ਅਪਣਾਉਣ ਨੂੰ ਕੋਸ਼ਿਸ਼ ਕਹਿੰਦੇ ਸੀ। ਸਰ, ਅਸੀਂ ਕਹਿੰਦੇ ਸੀ ਵੀ ਤੁਹਾਡੇ ਬੇਟੇ ਨੂੰ 2 ਸਾਲ ਹੋ ਗਏ, ਸਾਡੀ ਬੇਟੀ ਦੀ ਲਾਈਫ ਤੁਸੀਂ ਕਿਉਂ ਖਰਾਬ ਕਰੀ ਹੈ? ਇਹਨਾਂ ਨੇ ਫਿਰ ਮੇਰੇ ਤੇ
ਬੇਟੀ ਨੂੰ ਲਿਜਾ ਕੇ ਐਪਲੀਕੇਸ਼ਨ ਦਵਾਤੀ ਥਾਣੇ ਚ ਵੀ ਤੇਰੀ ਮੰਮੀ ਸਾਡੇ ਘਰੇ ਇੰਟਰਫੇਅਰ ਨਾ ਕਰੇ। ਉਸ ਤੋਂ ਬਾਅਦ ਪਤਾ ਨੀ ਇਹਨਾਂ ਨੇ ਆਪਣੇ ਇਹਦੀ ਮਦਰ ਨੇ ਬਿਆਨ ਚ ਵੀ ਇਹ ਲਿਖਾਇਆ ਵੀ ਅਸੀਂ ਆਪਣੀ ਰਜਾਮੰਦੀ ਨਾਲ ਕੁੜੀ ਨੂੰ ਆਪਣੀ ਨੂੰਹ ਨੂੰ ਆਪਣੀ ਕੁੜੀ ਕੋਲ ਭੇਜ ਦਿੱਤਾ। ਇਹਨਾਂ ਨੇ ਆਪਣੇ ਬਿਆਨਾਂ ਚ ਵੀ ਖੁਦ ਲਿਖਾਇਆ ਹੋਇਆ ਇਹਦੇ ਚ ਸਾਡਾ ਕੋਈ ਲਾਗਾ ਦੇਗਾ ਨੀ ਹੈਗਾ ਸਰ। ਸਾਨੂੰ ਇਹਨਾਂ ਨੇ ਕੁਛ ਨੀ ਪੁੱਛਿਆ ਵੀ ਅਸੀਂ ਹਾਂਗਕਾਂਗ ਭੇਜਣੀ ਨਹੀਂ ਭੇਜਣੀ, ਅਸੀਂ ਕਿਉਂ ਭੇਜਦੇ ਜੀ। ਕਿੰਨੇ ਸਾਲ ਦੀ ਤੁਹਾਡੀ ਕੁੜੀ ਸੀ, ਕਿੰਨੇ ਸਾਲ ਦੀ ਕੁੜੀ ਆ ਜਦੋਂ ਭੇਜੀ ਹੈ ਬਾਹਰ? ਤੁਸੀਂ ਇੱਕ ਟੀਚਰ ਹੈ, ਕਾਨੂੰਨ ਦੀਆਂ ਧੱਜੀਆਂ ਕਿਉਂ ਉਡਾਈਆਂ? ਤੁਸੀਂ ਇੱਕ ਮਾਂ ਹੋ, ਜਨਮ ਦਿੱਤਾ ਬੱਚੇ ਨੂੰ, ਤੁਸੀਂ ਇੰਨੀਆਂ ਪੀੜਾ ਲਈਆਂ ਬੱਚੇ ਨੂੰ ਜਨਮ ਦੇ ਕੇ, ਔਰ ਤੁਸੀਂ ਕੁੜੀ ਨੂੰ ਖੂਹ ਵਿੱਚ ਧੱਕਾ ਦੇਂਦੇ ਦੋ, ਤੁਸੀਂ ਕਾਨੂੰਨ ਦੇ ਰਖਵਾਲੇ ਕਿਉਂ ਨਹੀਂ ਹੋ ਲੋਕ? ਤੁਸੀਂ ਮਜ਼ਾਕ ਸਮਝਦੇ ਹੋ ਕਾਨੂੰਨ ਨੂੰ? ਤੁਸੀਂ ਆਪਣੇ ਹੱਥ ਵਿੱਚ ਲਈ ਫਿਰਦੇ ਹੋ? ਤੁਸੀਂ ਯੂ ਟੈਲ ਵਨ ਥਿੰਗ ਬੇਬੀ, ਕਿ ਤੁਸੀਂ ਬੱਚੇ ਦਾ ਵਿਆਹ ਕੀਤਾ, ਕਿਉਂ ਕੀਤਾ? ਫਿਰ ਤੁਸੀਂ ਮੈਰਿਜ ਰਜਿਸਟਰ ਕੀਤੀ ਹੈ? ਨਹੀਂ ਸਰ, ਮੈਰਿਜ ਰਜਿਸਟਰ ਹੋਈ ਨਹੀਂ ਸੀ ਕਿਉਂਕਿ ਇਹਨਾਂ ਦੇ ਬੇਟੇ ਦੀ ਏਜ ਘੱਟ ਸੀਗੀ ਤੇ ਤੁਹਾਡੀ ਕੁੜੀ ਦੀ ਵੀ ਘੱਟ ਸੀਗੀ। ਤੁਹਾਨੂੰ ਪਤਾ ਤੁਹਾਨੂੰ ਜੇਲ੍ਹ ਹੋ ਸਕਦੀ ਆ। ਹਾਂਜੀ ਸਰ, ਤੁਸੀਂ ਤਿਆਰ ਹੋ ਜੇਲ੍ਹ ਜਾਣ ਨੂੰ? ਸਰ ਜੇ ਗਲਤੀ ਹੈ ਤਾਂ ਜਾਵਾਂਗੇ, ਕਿਉਂ ਨੀ ਜਾਵਾਂਗੇ? ਅਸੀਂ ਜਿਹੜਾ ਕਹਿੰਦੇ ਵੀ ਅਸੀਂ ਜੇ ਗੁਨਾਹ ਕੀਤਾ ਸਾਨੂੰ ਸਜ਼ਾ ਨਾ ਮਿਲੇ। ਨਹੀਂ ਤੁਸੀਂ ਗਰਾਹ ਕੀਤਾ ਨੀ ਹੈ, ਸੇ ਸੋਰੀ। ਹਾਂਜੀ ਸਰ, ਮੈਂ ਤਾਂ ਕਹਿ ਰਹੀ ਹਾਂ ਵੀ ਹਾਂ ਅਸੀਂ ਗੁਨਾਹ ਕੀਤਾ ਜੀ। ਕੈਨ ਯੂ ਸੋਰੀ ਪਲੀਜ਼? ਤੁਸੀਂ ਕਹੋਗੇ ਕਿ ਸਾਡੇ ਤੋਂ ਗਲਤੀ ਹੋਈ ਆ? ਹਾਂਜੀ ਸਰ, ਮੈਂ ਤਾਂ ਸੋਰੀ ਮੰਗ ਰਹੀ ਹਾਂ ਜੀ। ਓਕੇ ਫਾਈਨ ਫਾਈਨ। ਅੱਛਾ, ਉਸ ਤੋਂ ਬਾਅਦ ਤੁਹਾਡੀ ਪਹਿਲੀ ਗੱਲ ਹੈ ਕਿ ਤੁਹਾਡੀ ਆਗਿਆ ਤੋਂ ਬਗੈਰ ਤੁਹਾਡੀ ਮੈਰਿਜ ਰਜਿਸਟਰ ਨਹੀਂ ਹੋਈ। ਤੁਹਾਡੀ ਆਗਿਆ ਤੋਂ ਬਗੈਰ ਤੁਹਾਡਾ ਬੱਚਾ ਇਹ ਕਿਸ ਨੂੰ ਕਿਡਨੈਪ ਕਰਕੇ ਬਾਹਰਲੇ ਦੇਸ਼ ਨਹੀਂ ਭੇਜ ਸਕਦੇ ਸੀ, ਤੁਸੀਂ ਇਹਨਾਂ ਦੇ ਉੱਪਰ ਕੇਸ ਦਰਜ ਕਰ ਸਕਦੇ ਹੋ ਹਾਲੇ ਵੀ। ਅੱਛਾ, ਹੁਣ ਪੁਲਿਸ ਨੇ, ਮੈਨੂੰ ਯਾਦ ਹੈ ਕਿ ਆਪਣੀ ਇੰਟਰਵਿਊ ਹੋਈ, ਗੱਲਬਾਤ ਹੋਈ, ਪੁਲਿਸ ਤੱਕ ਵੀ ਅਪਰੋਚ ਹੋਈ ਹੈ, ਉਹਨਾਂ ਨੂੰ ਵੀ ਇਹ ਲਿੰਕ ਭੇਜਿਆ ਗਿਆ, ਤਾਂ ਫਿਰ ਐਸ ਐਸ ਪੀ ਸਾਹਿਬ ਨੇ ਕੀ ਐਕਸ਼ਨ ਕੀ ਲਿਆ ਇੰਟਰਵਿਊ ਤੋਂ ਬਾਅਦ? ਮੈਂ ਸਰ ਐਸ ਐਸ ਪੀ ਸਾਹਿਬ ਨੂੰ ਖੁਦ ਆਪਣਾ ਲਿੰਕ ਦਿਖਾ ਕੇ ਆਈ ਹਾਂ। ਮੈਂ ਕਿਹਾ ਦੇਖੋ ਜੀ, ਸਾਡੀ ਉਹਨਾਂ ਨੇ ਇੰਨੀ ਸਾਡੀ ਉਹ ਕੀਤੀ ਹੈ, ਉਹ ਸਾਡੀ ਹੈਲਪ ਕਰ ਰਹੇ ਨੇ, ਤੁਸੀਂ ਕਿਉਂ ਨੀ ਉਹਨਾਂ ਨੇ ਨਾਲ ਦੀ ਨਾਲ ਜੀ ਸਾਡੀ ਹੈਲਪ ਕੀਤੀ ਹੈਗੀ? ਦੇਖ ਕੇ ਪਰਚਾ ਦਰਜ ਕੀਤਾ ਉਹਨਾਂ ਨੇ, ਇਹਨਾਂ ਨੇ ਇਹਨਾਂ ਮਾਂ ਪੁੱਤ ਦੇ। ਸੋ ਸਾਡੀ ਇੰਟਰਵਿਊ ਦੇ ਨਾਲ ਤੁਹਾਨੂੰ ਮਦਦ ਮਿਲੀ ਆ, ਜੈਸ ਔਰ ਨੋ? ਹਾਂਜੀ ਸਰ, ਹਾਂਜੀ ਹਾਂਜੀ। ਇੰਟਰਵਿਊ ਤੋਂ ਬਾਅਦ ਹੀ ਪਰਚਾ ਦਰਜ ਹੋਇਆ? ਹਾਂਜੀ ਸਰ। ਓਕੇ, ਵੈਰੀ ਗੁੱਡ। ਸੋ ਗੁਰਬੀਰ ਜੀ, ਆਪਣੀ ਇੰਟਰਵਿਊ ਦਾ ਇੰਨਾ ਫਰਕ ਹੈ, ਐਸ ਐਸ ਪੀ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਸੀ, ਤਾਂ ਮੈਂ ਉਹਨਾਂ ਨੂੰ ਕਿਹਾ, ਐਸ ਐਸ ਪੀ ਸਾਹਿਬ ਨੂੰ ਮਤਲਬ ਬੇਨਤੀ ਕੀਤੀ ਕਿ ਕਾਨੂੰਨ ਦੇ ਮੁਤਾਬਕ ਹੁਣ ਇਹ ਮੁੰਡਾ ਅਤੇ ਇਹ ਜਿਹੜੀ ਮਾਂ ਹੈ ਬਲਜਿੰਦਰ ਕੌਰ, ਸੋ ਇਹ ਇਹਨਾਂ ਦੋਨਾਂ 'ਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ, ਅਤੇ ਇਹ ਹੁਣ ਪੀ ਓ ਕਰਾਰ ਨੇ ਇਹ, ਤੁਹਾਨੂੰ ਪਤਾ। ਅਤੇ ਹੁਣ ਜਦੋਂ ਵੀ ਇੰਡੀਆ ਜਾਣਗੇ, ਇੱਕ ਤਾਂ ਇਹਨਾਂ ਦਾ ਪਾਸਪੋਰਟ ਰਿਨਿਊ ਨਹੀਂ ਹੋਣਾ ਮੁੜ ਕੇ ਇਸ ਮੁੰਡੇ ਦਾ, ਅਤੇ ਮਾਂ ਨੂੰ ਅਰੈਸਟ ਕਰ ਲੈਣਾ ਪੁਲਿਸ ਨੇ, ਠੀਕ ਹੈ ਜੀ। ਔਰ ਤੁਹਾਡੀ ਲੜਕੀ ਤੇ ਤਸ਼ੱਦਦ ਕਰਨ ਵਾਲੀ ਨਣਾਨ ਆ, ਉਹਨਾਂ ਨੇ ਕੁੱਟਿਆ ਮਾਰਿਆ ਤੁਹਾਡੀ ਆਪਣੀ ਧੀ ਰਾਣੀ ਨੂੰ? ਹਾਂਜੀ ਸਰ, ਇਹਨਾਂ ਨੇ ਇਹ ਸਰੋਂ ਵੀਡੀਓ ਕਾਲ ਲਾ ਕੇ ਜੀ ਮੰਮੀ ਕਟਵਾਉਂਦੀ ਰਹੀ ਹੈ ਜੀ। ਜਦੋਂ ਇੱਕ ਫੁਲਕਾ ਵੀ ਵੱਧ ਪੱਕ ਜਾਂਦਾ ਸੀ, ਦੇਖੋ ਕੋਈ ਐਡੀ ਇਸ਼ੂ ਨਹੀਂ ਹੁੰਦਾ, ਇੰਨਾ ਉਹਨੂੰ ਵੀਡੀਓ ਕਾਲ ਲਾ ਕੇ ਕਟਵਾਉਂਦੀ। ਸਾਨੂੰ ਸਾਡੇ ਬੱਚੇ ਨੇ ਜਦੋਂ ਇੱਥੇ ਆ ਕੇ ਦੱਸਿਆ ਨਾ, ਸਾਡੇ ਰੂਮ ਤੇ ਖੜੇ ਹੋ ਗਏ ਸਰ, ਜੇ ਤੁਸੀਂ ਦੇਖਦੇ ਨਾ ਵੀ ਜਦੋਂ। ਗੁਰਜੀਤ, ਤੁਸੀਂ ਘਬਰਾ, ਤੁਹਾਡੀ ਕੁੜੀ ਨੂੰ ਕੁੱਟਦਾ ਕੌਣ ਸੀ? ਇਹਦੀ ਆਨੰਦਪੁਰ ਧੀ ਸੀ ਜੀ। ਇਹ ਨਣ ਦਾ ਨਾਮ ਕੀ ਹੈ, ਉਸ ਔਰਤ ਦਾ? ਰਮਨਦੀਪ ਕੌਰ ਹੈ ਜੀ। ਰਮਨ ਕੌਰ ਮੈਰਿਡ ਆ ਜਾਂ ਅਨਮੈਰਿਡ ਆ ਉਹ? ਹਾਂਜੀ ਹਾਂਜੀ, ਮੈਰਿਡ ਹੈ ਜੀ ਉਹ। ਕਿਹੜੇ ਕਿੱਥੇ ਵਿਆਹੀ ਹੋਈ ਆ?
ਉਹ ਸਰ ਇੰਡੀਆ ਚ ਪੈਂਦਾ, ਉਹ ਹੁਣ ਹਾਂਗਕਾਂਗ ਰਹਿੰਦੇ ਨੇ ਜੀ। ਹਰਜੋਤ ਸਿੰਘ ਉਹਦੇ ਹਸਬੈਂਡ ਦਾ ਨਾਮ ਹੈ ਜੀ। ਡਜ਼ਨਟ ਮੈਟਰ ਪਾਵਾਂ ਕੋ ਉੱਪਰ ਆਕਾਸ਼ ਤੇ ਰਹਿੰਦੇ ਹੋਣ, ਮੈਂ ਪੁੱਛ ਰਿਹਾ ਕਿ ਉਹਦਾ ਵਿਆਹ ਕਿੱਥੇ ਹੋਇਆ ਇੰਡੀਆ ਚ? ਇੰਡੀਆ ਚ ਚੌਂਦੇ ਪਿੰਡ ਹੋਇਆ ਜੀ। ਜ਼ਿਲ੍ਹਾ ਕਿਹੜਾ ਆ? ਜ਼ਿਲ੍ਹਾ ਇਹਨਾਂ ਨੂੰ ਸੰਗਰੂਰ ਪੈਂਦਾ ਜੀ। ਅੱਛਾ, ਸੰਗਰੂਰ ਪੈਂਦਾ, ਨੋ ਨੋ ਇਸ਼ੂ। ਸੋ ਇਹਦੇ ਬੱਚਾ ਵੀ ਕਰਮਨਦੀਪ ਦੇ ਆ? ਹਾਂਜੀ ਸਰ, ਇਹਦੇ ਦੋ ਬੱਚੇ ਨੇ ਜੋ ਆਪਣੀ ਬੇਟੀ ਨੇ ਪਾਲੇ ਨੇ। ਓਕੇ, ਠੀਕ ਹੈ। ਅੱਛਾ, ਇੱਕ ਮਿੰਟ, ਇਹ ਫਿਰ ਜਿਹੜਾ ਹਾਂਗਕਾਂਗ ਸੀ ਉਦੋਂ ਇਹਨੂੰ ਜਲੀਲ ਕਰ ਰਹੇ ਸੀ, ਕੁੱਟਦੇ ਸੀ, ਤਾਂ ਉਦੋਂ ਦੋਸ਼ ਲਾਇਆ ਕਿ ਇਹ ਕੁੜੀ ਜਿਹੜੀ ਹੈ, ਇੱਕ ਇਹਨਾਂ ਨੇ ਫੋਟੋ ਭੇਜੀ ਸਾਨੂੰ ਇੱਕ ਚਾਈਨੀ ਲੜਕੇ ਦੇ ਨਾਲ ਖੜੀ ਆ, ਉਹ ਹੈਕਰ ਦੀ ਬੱਚੇ, ਇਹ ਇਹ ਚੱਕਰ ਕੀ ਆ ਇਹ? ਸਰ ਐਵੇਂ ਤਾਂ ਹੁਣ ਇਹਨਾਂ ਦੀਆਂ ਆਪਣੀਆਂ ਵੀ ਫੋਟੋਆਂ ਬਹੁਤ ਨੇ, ਠੀਕ ਹੈ, ਉਹ ਤੁਹਾਨੂੰ ਅਸੀਂ ਭੇਜ ਦਿੰਦੇ ਹਾਂ। ਬਟ ਤੁਸੀਂ ਇਹ ਦੇਖੋ, ਪੌਣੇ ਦੋ ਸਾਲ ਵਿੱਚ ਦੀ ਤਾਂ ਕੁੜੀ ਦਾ ਕੋਈ ਰਿਸ਼ਤਾ ਨਹੀਂ ਬਣਿਆ, ਇਹਨਾਂ ਦੇ ਘਰੇ ਰਹਿੰਦੀ ਦਾ। ਜਦੋਂ ਕੁੜੀ ਨੇ ਇੰਡੀਆ ਆਉਣਾ ਸੀ, ਉਦੋਂ 4 ਦਿਨ ਪਹਿਲਾਂ, 3 ਦਿਨ ਪਹਿਲਾਂ ਰਿਸ਼ਤਾ ਬਣ ਗਿਆ। ਪਹਿਲਾਂ ਆਪਾਂ ਆਪ ਸੋਚੋ, ਇਹ ਸਿਰਫ ਉਹਨੂੰ ਅਰੈਸਟ ਇੱਕ ਕਿਤੇ 20 ਦਿਨ ਪਹਿਲਾਂ ਉਹਨੂੰ ਅਰੈਸਟ ਕਰਾਇਆ ਗਿਆ। ਕਾਰਨ ਕੀ ਸੀ ਇਹ ਦੱਸੋ? 2 ਸਾਲ ਦੀ ਤਾਂ ਉਹਨੂੰ ਅਰੈਸਟ ਨਹੀਂ ਹੋਈ, ਉਹ ਉਹਦੀ ਕੋਈ ਉਹਦਾ ਫਰੈਂਡ ਨਹੀਂ ਬਣਿਆ। ਇੱਕ ਮਿੰਟ ਗੁਰਜੀਤ, ਅਰੈਸਟ ਕਿਉਂ ਕਰਾਇਆ ਕੁੜੀ ਨੂੰ? ਇਲੀਗਲ ਕੰਮ ਕਰਵਾਇਆ ਜੀ। ਜਦੋਂ ਇਹਨਾਂ ਨੂੰ ਪਤਾ ਸੀ ਅਸੀਂ ਆਪਣੇ ਘਰੇ ਕੰਮ ਕਰਨ ਵਾਸਤੇ ਲੈ ਕੇ ਗਏ, ਕਿਉਂ ਇਹਨਾਂ ਨੇ ਪੈਸਿਆਂ ਦੇ ਲਾਲਚ ਮੇਰੀ ਕੁੜੀ ਤੋਂ ਰਾਤਾਂ ਨੂੰ ਰੈਸਟੋਰੈਂਟ ਚ ਕੰਮ ਕਰਾਇਆ, ਫਿਰ ਉਹਨੂੰ ਇਲਜ਼ਾਮ ਲਾ ਕੇ ਵੀ ਇਲੀਗਲ ਕੰਮ ਚ ਉਹਨੂੰ 5 ਦਿਨ ਖੜੀ, ਉਹਨੇ ਪਾਣੀ ਵੀ ਨੀ ਪੀਤਾ ਜੀ। ਕਹਿੰਦੀ ਮੈਨੂੰ ਜੇਲ੍ਹ ਚ 5 ਦਿਨ ਮੈਂ ਖੜੀ ਰਹੀ ਹਾਂ, ਵਾਸ਼ਰੂਮ ਨੂੰ ਵੀ ਜਗ੍ਹਾ ਨੀ ਸੀ ਉੱਥੇ। ਫਿਰ ਉੱਤੋਂ ਦੀ ਇਹਨਾਂ ਨੇ ਜਵਾਨਤ ਕਰਾਈ, ਰਿਕਾਰਡਿੰਗਾਂ ਕਰੀਆਂ ਕੁੜੀ ਦੀਆਂ, 16 ਤਰੀਕ ਦੀ ਟਿਕਟ ਵਾਪਸ ਕਰਾ ਕੇ ਦਿੱਤੀ, ਸਾਰੇ ਡਾਕੂਮੈਂਟ ਉਹਦੇ ਵਿੱਚ ਰਿਕਾਰਡਿੰਗ ਦੇ ਵਿੱਚ ਕਹਿੰਦਾ ਕਿ ਡੋਂਟ ਵਰੀ ਅਬਾਊਟ ਤੁਹਾਡੀ ਕੁੜੀ ਦਾ ਨਾਮ ਅੰਚਨ, ਯੂ ਡੋਂਟ ਵਰੀ ਅਬਾਊਟ ਅੰਚਨ, ਉਹ ਮੁੰਡਾ ਕਹਿ ਰਿਹਾ, ਚਾਈਨੀ ਮੁੰਡਾ, ਉਹ ਸਾਡੇ ਪਰ ਰਿਕਾਰਡਿੰਗ ਵੀ ਪਈ ਹੈ। ਹਾਂਜੀ ਸਰ, ਕਹਿ ਰਿਹਾ। ਹਾਂ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ, ਕਿਉਂਕਿ ਉਹ ਤਾਂ ਇਹਨਾਂ ਦਾ ਫੈਮਿਲੀ ਮੈਂਬਰ ਸੀ, ਉਹ ਤੋਂ ਤਾਂ ਇਹ ਕੁਛ ਮਰਜ਼ੀ ਕਹਾ ਲੈਣ ਜੀ। ਇਹਨਾਂ ਦਾ ਫੈਮਿਲੀ ਮੈਂਬਰ ਕਿਹਦਾ ਸੀ? ਇਹਨਾਂ ਦਾ ਫੈਮਿਲੀ ਮੈਂ ਇਹਨਾਂ ਦਾ ਫੈਮਿਲੀ ਇੱਕ ਮਿੰਟ ਹੋਲਡ ਇਹਨਾਂ ਦੇ ਘਰ ਖਾਣਾ ਖਾਂਦਾ ਸੀ। ਹੋਲਡ ਆਨ, ਪਲੀਜ਼ ਸਟਾਪ ਇਟ। ਜਿਹੜਾ ਚੈਨੀ ਮੁੰਡਾ ਹੈ, ਇਹਨਾਂ ਦੇ ਘਰ ਵਿੱਚ ਕਿਵੇਂ ਪ੍ਰਵੇਸ਼ ਕਰ ਗਿਆ ਉਹ? ਸਰ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ, ਕਿਉਂਕਿ ਮੇਰੀ ਬੇਟੀ ਗਈ ਤੋਂ ਤਾਂ ਪ੍ਰਵੇਸ਼ ਨਹੀਂ ਉਹ ਕਰਿਆ, ਉਹ ਤਾਂ ਇਹ ਪਹਿਲਾਂ ਜਾਣਦੇ ਹੋਣਗੇ ਸਰ। ਤੁਹਾਨੂੰ ਕਿਵੇਂ ਪਹਿਲਾਂ ਇਹ ਪਤਾ ਕਿ ਮੁੰਡੇ ਨੂੰ ਇਹ ਪਹਿਲਾਂ ਜਾਣਦੇ ਹੋਣਗੇ, ਤੇ ਮੁੰਡਾ ਜਿਹੜਾ ਆ ਇਹ ਇਹਨਾਂ ਨੇ ਅਰੇਂਜ ਕੀਤਾ ਆ, ਇਹ ਕਿਵੇਂ ਪ੍ਰੂਫ ਕਰੋਗੇ ਤੁਸੀਂ? ਮੈਂ ਤੁਹਾਡੇ ਹੱਕ ਵਿੱਚ ਆ, ਤੁਹਾਡੀ ਮਦਦ ਕੀਤੀ ਆ, ਇਹਨਾਂ ਚਾਰਜ ਲਵਾਏ ਆ ਇਹਨਾਂ ਨੂੰ। ਦੇਖੋ, ਜਦੋਂ ਹੁਣ ਆਉਣਗੇ ਗੁਰਜੀਤ ਕੌਰ, ਇਹ ਅਰੈਸਟ ਹੋਣਗੇ, ਜੇਲ੍ਹ ਵਿੱਚ ਜਾਣਗੇ, ਫਿਰ ਇਹਨਾਂ ਦੀ ਜ਼ਮਾਨਤ ਹੋਊਗੀ ਔਰ ਇੰਨੀ ਛੇਤੀ ਬਾਹਰ ਨਹੀਂ ਆ ਸਕਦੇ ਇਹ, ਤੇ ਇਹਨਾਂ ਦਾ ਪਾਸਪੋਰਟ ਇਹਨਾਂ ਦਾ ਕੈਂਸਲ ਹੋ ਜਾਣਾ ਔਰ ਇਹਨਾਂ ਦਾ ਪਾਸਪੋਰਟ ਰਿਨਿਊ ਨਹੀਂ ਹੋਣਾ, ਇਹਨਾਂ ਨੂੰ PCC ਦੀ ਮਿਲਣੀ, ਤੇ ਮੁੰਡੇ ਨੂੰ ਇਮੀਗ੍ਰੇਸ਼ਨ ਕੈਨੇਡਾ ਦੀ ਨਹੀਂ ਮਿਲਣੀ, ਕੈਨੇਡਾ 'ਚ ਮਿਲੀ ਹੋਈ ਆ, ਤਾਂ ਜਦੋਂ ਵੀ ਇਹ ਆਊਗਾ ਤੇ ਹੀ ਵਿਲ ਬੀ ਅਰੈਸਟ। ਏਅਰਪੋਰਟ ਤੇ ਹੱਥਕੜੀ ਲੱਗਣਗੇ ਇਹਦੇ ਵੀ, ਤੇ ਤੁਹਾਡੀ ਜਿਹੜੀ ਹੈ ਕੀ ਬਲਜਿੰਦਰ ਕੌਰ ਜਿਹੜੀ ਕਲੈਣੀ ਹੈ। ਅੱਛਾ, ਇਹਨੇ ਵੀ ਤੁਹਾਡੀ ਧੀ ਦੇ ਤਸ਼ੱਦਦ ਕੀਤਾ, ਕੁੱਟਿਆ ਮਾਰਿਆ ਤੁਹਾਡੀ ਧੀ ਨੂੰ? ਨਹੀਂ ਸਰ, ਸਿਰਫ ਕੱਲੀ ਨਣਦ ਨੇ ਕੁੱਟਿਆ। ਦੇਖੋ, ਮੈਂ ਝੂਠ ਨਹੀਂ ਬੋਲਦੀ, ਆਪਾਂ ਜਿਹੜੇ ਨੇ ਗੁਨਾਹ ਕੀਤਾ ਉਹਨੇ ਕੀਤਾ। ਤੇ ਤੁਹਾਡਾ ਕੁੜ ਵੀ ਹੈਗਾ, ਲੜਕੀ ਦਾ ਸੁਖਜੈਨ ਦਾ ਫਾਦਰ ਵੀ ਹੈਗਾ? ਨਹੀਂ ਸਰ, ਇਹਨਾਂ ਦਾ ਫਾਦਰ ਨਹੀਂ ਹੈਗਾ ਜੀ। ਇਹ ਸੁਖਜੈਨ ਮੁੰਡਾ ਕਿੰਨੇ ਸਮੇਂ ਤੋਂ ਰਹਿ ਰਿਹਾ ਕੈਨੇਡਾ ਵਿੱਚ, ਤੇ ਕੈਨੇਡਾ ਤੋਂ ਜਦੋਂ ਗਿਆ ਇੰਡੀਆ ਵਿੱਚ, ਤਾਂ ਇਹ ਪੱਕਾ ਹੋ ਕੇ ਗਿਆ ਸੀ PR ਸੀਗਾ? ਨਹੀਂ ਸਰ, ਪੱਕਾ ਨਹੀਂ ਸੀ। ਤੇ ਹੁਣ ਇਹ PR ਹੈਗਾ? ਹਜੇ ਨਹੀਂ ਸਰ, ਹਜੇ ਹੈ ਨਹੀਂ, ਪਰ ਇਹਨੇ ਪੀਅਰ ਕੁੜੀ ਨਾਲ ਹੀ ਉਹ ਇਹਨਾਂ ਦੀ ਮਦਰ ਨੇ ਉਹਦੀ ਇੰਗੇਜਮੈਂਟ ਕੀਤੀ ਹੈ, ਉਹ ਕੁੜੀ ਪੱਕੀ ਹੈ। ਐ ਨਹੀਂ, ਕੁੜੀ ਪੱਕੀ ਹੈ ਪਰ ਇਹਨੂੰ ਇਮੀਗ੍ਰੇਸ਼ਨ ਨਹੀਂ ਮਿਲਣੀ, ਕਿਉਂਕਿ ਇਹਨਾਂ ਦਾ ਪੈਂਡਿੰਗ ਕੇਸ ਹੈ, ਇਹਨੂੰ PCC ਨਹੀਂ ਮਿਲਣੀ। ਮੈਂ ਆਲਰੇਡੀ ਹਾਈ ਕਮਿਸ਼ਨ ਆਫਿਸ ਗੱਲ ਕਰ ਰਿਹਾ ਤੇ ਇਹਦੀ ਇਨਫੋਰਮੇਸ਼ਨ ਭੇਜ ਰਿਹਾ, PCC ਦੀ ਇਹਦੀ ਕਲੀਅਰ ਨਹੀਂ ਕੀਤੀ ਜਾਵੇ।
ਜਿਹਦੇ ਚ ਇੱਕ ਪੀਸੀਸੀ ਕਲੀਅਰੈਂਸ ਨਹੀਂ ਮਿਲਦੀ ਉਹਦੇ ਚ ਇੱਕ APR ਨਹੀਂ ਹੋ ਸਕਦਾ ਕੈਨੇਡਾ ਦਾ। ਮੈਂ ਜੋ ਤੁਹਾਡੇ ਲਈ ਕਰ ਸਕਦਾ ਮੈਂ ਕਰਾਂਗਾ, 100% ਕਰਾਂਗਾ। ਇਹਨੂੰ PCC ਨਹੀਂ ਦਿੱਤੀ ਜਾਵੇਗੀ ਕੌਂਸਲ ਜਨਰਲ ਦੇ ਵੱਲੋਂ, ਔਰ ਕਿਉਂਕਿ ਇਹਨੇ ਕ੍ਰਾਈਮ ਕੀਤਾ ਆ ਔਰ ਇਹ ਲਾਅ ਹੈ। ਹੋ ਸਕਦਾ ਕਿ ਪਾਸਪੋਰਟ ਬੜੀ ਕੈਂਸਲ ਜਿਹੜਾ ਆ ਉਹ ਵੀ ਹੋ ਸਕਦਾ ਆ। ਤੁਸੀਂ ਹੁਣ ਕਿਹੜਾ ਕੀ ਚਾਹੁੰਦੇ? ਇਹ ਇਹ ਮਦਰ ਹੈ। ਅੱਛਾ, ਇਹ ਹੁਣ ਕੈਨੇਡਾ ਆ ਗਈ ਆ। ਓਕੇ, ਇਹਨਾਂ ਦੇ ਘਰ ਦੇ ਵਿੱਚ ਤੁਹਾਡੀ ਹੁਣ ਲੜਕੀ ਕਿੱਥੇ ਆ ਹੁਣ ਇਸ ਵੇਲੇ? ਮੈਨੂੰ ਗੱਲ ਕਰ ਦਿਓ ਫਿਰ, 21 ਸਾਲ ਦੇ ਹੋ ਗਏ ਤੇ ਮੈਂ ਗੱਲ ਕਰਨ ਦਾ ਹੱਕ ਰੱਖਦਾ ਮੈਂ। ਲੈਟ ਮੀ ਸਪੀਕ ਟੂ ਹਰ ਪਲੀਜ਼, ਕੁਇਕ ਐਕਸ਼ਨ ਲਓ। ਹਾਂਜੀ ਸਰ, ਬੁਲਾਉਣੀ ਆ ਅੰਚਲ ਪ੍ਰੀਤ। ਹੈਲੋ ਹੈਲੋ ਪ੍ਰੀਤ, ਤੁਹਾਡੀ ਜਿਹੜੀ ਆਵਾਜ਼ ਟੈਲੀਕਾਸਟ ਬ੍ਰੌਡਕਾਸਟ ਕਰ ਰਹੇ, ਮੈਨੂੰ ਦੁੱਖ ਹੈ ਕਿ ਤੁਹਾਡੀ ਜ਼ਿੰਦਗੀ ਨੂੰ ਬੜਾ ਜ਼ਲੀਲ ਕੀਤਾ ਤੁਹਾਡੀ ਨਨਾਣ ਨਾਲ ਜਿਹੜੀ ਹੈ ਔਂਤਰੀ ਨੇ, ਤੁਹਾਨੂੰ ਬਹੁਤ ਪਰੇਸ਼ਾਨ ਕੀਤਾ ਤੁਹਾਡੀ ਨਨਾਣ ਨੇ। ਉਹ ਨਨਾਣ ਦਾ ਨਾਮ ਕੀ ਹੈ, ਕਿੰਨੀ ਉਮਰ ਦੀ ਇਹ ਨਨਾਣ ਸੀ ਪੌੜੇ ਪਾਉਣੀ? ਮੇਰੀ ਨਨਾਣ ਦਾ ਨਾਮ ਹੀ ਰਮਨਦੀਪ ਕੌਰ ਹੈ। ਤੁਹਾਨੂੰ ਕੀ ਬੇਟਾ, ਤੁਹਾਨੂੰ ਪਰੇਸ਼ਾਨ ਕੀ ਕਰਦੀ ਸੀ ਇਹ ਰਮਨਦੀਪ? ਤੁਹਾਨੂੰ ਕਿਹੋ ਜਿਹਾ ਤਸੀਹੇ ਦਿੰਦੀ ਸੀ? ਸਰ ਪਹਿਲਾਂ ਤਾਂ ਮੈਨੂੰ ਮੰਮੀ ਡੈਡੀ ਨਾਲ ਮੇਰੇ ਨਾਲ ਗੱਲ ਨਹੀਂ ਸੀ ਕਰਨ ਦਿੰਦੇ। ਇੱਕ ਦਿਨ ਉਹਨਾਂ ਨੇ ਮੈਨੂੰ ਦੇਖ ਲਿਆ ਵੀ ਮੈਂ ਗੱਲ ਕਰਦੀ, ਤਾਂ ਉਹਨਾਂ ਨੇ ਮੇਰੇ ਨਾਲ, ਇਹਨਾਂ ਨੇ ਬਹੁਤ ਕੁੱਟਮਾਰ ਕੀਤੀ ਮੈਨੂੰ, ਧਰਤੀ ਨਾਲ ਵੀ ਮੇਰਾ ਸਿਰ ਮਾਰ ਮਾਰ ਕੁੱਟਿਆ ਜੀ ਇਹਨਾਂ ਨੇ। ਓ ਮਾਈ ਗੋਡ, ਕਦੇ ਮੈਨੂੰ ਸਰ। ਅੱਛਾ, ਤੁਹਾਡਾ ਸਿਰ ਮਾਰਦੀ ਸੀ ਧਰਤੀ ਤੇ? ਇੰਨੀ ਕਲਹਿਣੀ ਔਰਤ, ਬਦਮਾਸ਼ ਕੁੜੀ। ਹਾਂਜੀ ਸਰ, ਤੇ ਸਰ ਕਦੇ ਜਦੋਂ ਮੇਰੇ ਤੋਂ ਰੋਟੀ ਇੱਕ ਅੱਧੀ ਵੱਧ ਪੱਕ ਜਾਂਦੀ ਸੀ, ਉਦੋਂ ਵੀ ਮੈਨੂੰ ਕਹਿੰਦੀ ਹੁੰਦੀ ਸੀ ਸਾਰਾ ਕੁਛ ਮੁੱਲ ਦਾ, ਤੂੰ ਆਪਦੇ ਮੂੰਹ ਤੇ ਥੱਪੜ ਮਾਰ, ਜਦ ਤੱਕ ਮੈਨੂੰ ਤੇਰਾ ਖੜਕਾ ਨਹੀਂ ਸੁਣਦਾ। ਬੇਟਾ, ਤੁਸੀਂ ਕਿੰਨੇ ਪੜ੍ਹੇ ਹੋ ਆਪ ਜੀ? ਸਰ ਮੈਂ 12 ਕੀਤੀਆਂ ਜੀ। ਤੁਸੀਂ ਪੜ੍ਹੇ ਹੋ, ਤੁਹਾਨੂੰ ਸਕੂਲ ਦੇ ਵਿੱਚ ਦੱਸ ਨਹੀਂ ਕਿ ਤੁਹਾਡੇ ਕੋਲ ਹੱਕ ਕੀ ਹੈ ਕਿ ਜੇ ਤੁਹਾਨੂੰ ਕੋਈ ਬੈਡ ਟੱਚ ਕਰੇ ਜਾਂ ਤੁਹਾਨੂੰ ਕੋਈ ਘਰ ਦੇ ਵਿੱਚ ਅਨਕੰਫਰਟੇਬਲ ਮਾਤਾ ਪਿਤਾ ਜਿਹੜੇ ਨੇ ਰੱਖਣ, ਤਾਂ ਤੁਸੀਂ ਪੁਲਿਸ ਨੂੰ ਕਾਲ ਕਰਨਾ, ਇਹ ਤੁਹਾਨੂੰ ਸਿਖਾ ਦਿੰਦੇ ਸਕੂਲਾਂ ਵਿੱਚ? ਤੁਸੀਂ ਪੁਲਿਸ ਨੂੰ ਕਾਲ ਕਿਉਂ ਨੀ ਕੀਤਾ? ਤੁਸੀਂ ਗੌਰਮੈਂਟ ਸਕੂਲ ਦੇ ਮਤਲਬ ਸਟੂਡੈਂਟ ਹੋ? ਸਰ ਗੌਰਮੈਂਟ ਦੀ ਹੈ ਜੀ। ਹਾਂਜੀ ਸਰ। ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ, ਇੰਗਲਿਸ਼ ਨਹੀਂ ਆਉਂਦੀ? ਆਉਂਦੀ ਹੈ ਸਰ। ਤੁਸੀਂ ਪੁਲਿਸ ਨੂੰ ਕਾਲ ਕਿਉਂ ਨੀ ਕੀਤਾ ਜਦੋਂ ਬੇਟਾ ਤੁਹਾਨੂੰ ਕੁੱਟਦੀ ਸੀ, ਮਾਰਦੀ ਸੀ, ਤੁਹਾਡਾ ਸਿਰ ਫਰਸ਼ ਤੇ ਮਾਰਦੀ ਜ਼ੋਰ ਜ਼ੋਰ ਨਾਲ? ਇਹ ਹਰਾਮਜ਼ਾਦੀ, ਇਹਨੂੰ ਸ਼ਰਮ ਨਹੀਂ ਆਈ ਕਿ ਮੇਰੀ ਜਿਹੜੀ ਨਨਾਣ ਇੱਕ ਭੈਣ ਹੈ ਔਰਤੇ ਨਾਲ ਬੇਸਬੇਬ ਕੀਤਾ, ਔਰ ਤੁਸੀਂ 17 ਸਾਲ ਦੀ ਉਮਰ ਵਿੱਚ ਵਿਆਹ ਕਰਾਇਆ? ਬੇਟਾ ਮੈਨੂੰ ਦੱਸੋ ਕਿ ਤੁਸੀਂ ਵਿਆਹ ਆਪਣੀ ਮਰਜ਼ੀ ਦੇ ਮੁਤਾਬਕ ਕਰਾਇਆ? ਅੱਛਾ, 17 ਸਾਲ ਦੀ ਉਮਰ ਵਿੱਚ ਵਿਆਹ ਤੁਸੀਂ ਕਿਉਂ ਕਰਾਇਆ? ਨਹੀਂ ਸਰ, ਮੇਰੀ ਉਮਰ 18 ਮੈਨੂੰ ਲੱਗਿਆ ਹੋਇਆ ਸੀਗਾ, ਮੰਮੀ ਉਹਨਾਂ ਨੇ, ਡੈਡੀ ਉਹਨਾਂ ਨੇ ਦੇਖ ਕੇ ਸਾਰਾ ਕੀਤਾ ਸੀ ਕਿ ਮੈਂ ਆਪਦੀ ਮਰਜ਼ੀ ਨਾਲ ਵਿਆਹ ਨਹੀਂ ਕਰਾਇਆ ਹੈਗੇ। ਨਹੀਂ ਪਰ ਤੁਸੀਂ ਕਹਿ ਰਹੀ ਆਪਣੀ ਮਦਰ ਨੂੰ, ਆਪਣੀ ਕਹਿ ਰਹੀ ਕਿ ਮੈਂ ਹਾਲੇ ਛੋਟੀ ਵਿਆਹ ਨਹੀਂ ਕਰਾਉਣਾ, ਮੈਂ ਪੜ੍ਹਨਾ ਆ। ਸਰ ਇੰਡੀਆ ਚ ਨਹੀਂ ਪੁੱਛਦੇ ਹੈਗੀ, ਆ ਘਰਾਂ ਦੇ ਹਿਸਾਬ ਨਾਲ ਨਹੀਂ ਪੁੱਛਦੇ, ਜਿਵੇਂ ਕਰ ਦਿੰਦੇ ਨੇ ਉਵੇਂ ਠੀਕ ਹੈ ਜੀ। ਆਈ ਅੰਡਰਸਟੈਂਡ, ਪਰ ਉਹ ਸਮਾਂ ਨਹੀਂ ਹੈ ਹੁਣ ਜਿਹੜਾ ਪਹਿਲੇ ਵਾਲਾ ਸਮਾਂ ਹੈ। ਇਹ ਤੇ ਹੁਣ ਤੁਸੀਂ ਬਹਾਨਾ ਲੱਭ ਰਹੇ ਹੋ ਮੇਰੇ ਨਾਲ ਗੱਲ ਕਰਨ ਦਾ। ਮੈਂ ਬੱਚਾ ਨਹੀਂ ਹੈ, ਮੈਂ ਤੁਹਾਡੇ ਫਾਦਰ ਦੀ ਏਜ ਤੋਂ ਜ਼ਿਆਦਾ ਆ। ਤੁਹਾਡੀ ਮਦਰ ਟੀਚਰ ਹੈ ਔਰ ਟੀਚਰ ਜਿਹੜੇ ਸਿਲਾਈ ਦਾ ਕੰਮ ਕਰ ਰਹੀ ਸੀ, ਸ਼ੀ ਕਲੇਮਿੰਗ ਟੀਚਰ, ਓਕੇ, ਟੀਚ ਕਰਨਾ ਇਸ ਨੋ ਮੈਟਰ।
ਬਟ ਪ੍ਰੋਬਲਮ ਇਜ਼ ਦੇਅਰ ਕਿ ਤੁਹਾਨੂੰ ਕੁੱਟਣਾ ਮਾਰਨਾ ਇਹ ਕਾਨੂੰਨ ਆਗਿਆ ਦਿੰਦਾ। ਹੁਣ ਅਸੀਂ ਤੁਹਾਡੇ ਤੇ ਆਲਰੇਡੀ ਤੁਹਾਡੇ ਹਸਬੈਂਡ ਤੇ ਤੁਹਾਡੀ ਸੱਸ ਤੇ ਅਸੀਂ ਪਰਚਾ ਕਰਾ ਚੁੱਕੇ ਹਾਂ, ਜਿਹੜੇ ਕਿ ਤੁਹਾਡੀ ਮਦਰ ਵੀ ਐਡਮਿਟ ਕਰ ਚੁੱਕੀ ਹੈ ਕਿ ਤੁਹਾਡੀ ਇੰਟਰਵਿਊ ਤੋਂ ਬਾਅਦ ਐਸ ਐਸ ਪੀ ਸਾਹਿਬ ਨੇ ਐਕਸ਼ਨ ਲਿਆ ਅਤੇ ਉਹਨਾਂ ਨੇ ਪਰਚਾ ਦਰਜ ਕਰਤਾ। ਹੁਣ ਏ ਪੀ ਓ ਕਰਾਰ ਦੇ ਦਿੱਤਾ ਗਿਆ ਇਹਨਾਂ ਨੂੰ ਔਰ ਇਹਨਾਂ ਨੂੰ ਪੀ ਸੀ ਸੀ ਨਹੀਂ ਮਿਲਣੀ ਹੁਣ ਤੁਹਾਡੇ ਹਸਬੈਂਡ ਨੂੰ। ਅੱਛਾ, ਇਹਨੇ ਹੁਣ ਕਿਸੇ ਹੋਰ ਨਾਲ ਵਿਆਹ ਕਰਾ ਲਿਆ? ਹਾਂਜੀ ਸਰ, ਇੰਗੇਜਮੈਂਟ ਕਰਾ ਲਈ ਇੱਧਰ ਇਹਨੇ ਕਿਸੇ ਹੋਰ ਕੁੜੀ ਨਾਲ, ਤੇ ਫੋਟੋਆਂ ਪਾਉਂਦਾ ਸਰ, ਮੈਨੂੰ ਫੋਟੋਆਂ ਪਾਊਗਾ, ਮੈਨੂੰ ਕਹਿ ਦੂਗਾ ਮੈਂ ਛੇਤੀ ਪੱਕਾ ਹੋ ਜਾਊਂਗਾ, ਤੁਸੀਂ ਮੇਰਾ ਕੁਝ ਨਹੀਂ ਪੱਕਾ ਨਹੀਂ ਹੋ, ਇਹ ਪੱਕਾ ਨਹੀਂ ਹੋ ਸਕਦਾ। ਅਸੀਂ ਆਲਰੇਡੀ ਹਾਈ ਕਮਿਸ਼ਨ ਨੂੰ ਇਨਫੋਰਮ ਕਰ ਚੁੱਕੇ ਹਾਂ। ਮੈਂ ਹਾਂਜੀ ਹਾਈ ਕਮਿਸ਼ਨ ਨੂੰ ਇਨਫੋਰਮ ਕੀਤਾ ਹੈ, ਤੁਹਾਡੀ ਪੁਲਿਸ ਨੂੰ ਫੋਨ ਕੀਤਾ ਹੈ, ਪੁਲਿਸ ਨੇ ਜਿਸ ਕਰਕੇ ਸਾਡੀ ਇੰਟਰਵਿਊ ਤੋਂ ਬਾਅਦ ਇਹ ਐਕਸ਼ਨ ਲਿਆ ਹੈ ਇਹਨਾਂ ਤੇ ਪੀ ਓ ਕਰਨ ਦਾ। ਹੁਣ ਜਦੋਂ ਵੀ ਕਿਸੇ ਵੀ ਏਅਰਪੋਰਟ ਤੇ ਆਉਣਗੇ ਇਹ ਅਰੈਸਟ ਹੋਣਗੇ। ਹਾਂਜੀ ਸਰ, ਜੇਲ ਜਾਣਗੇ। ਪਰ ਮੈਨੂੰ ਇਹ ਦੱਸੋ ਕਿ ਤੁਹਾਡੀ ਨਨਾਣ ਜਿਹੜੀ ਹੈ ਤੁਹਾਨੂੰ ਇੱਕ ਕਲੇਮ ਕਰਦੀ ਹੈ ਕਿ ਇੱਕ ਚਾਈਨੀਜ਼ ਬੱਚਾ ਆ, ਮੁੰਡਾ ਆ, ਜਦੋਂ ਤੁਸੀਂ ਹੱਕ ਕਰਦੇ ਹੋ ਉਹ ਮੁੰਡਾ ਕੌਣ ਆ, ਉਹ ਕਿੱਥੋਂ ਆਇਆ ਮੁੰਡਾ? ਸਰ ਉਹ ਇਹਨਾਂ ਦੇ ਰੈਸਟੋਰੈਂਟ ਤੇ ਹੀ ਕੰਮ ਕਰਦਾ ਸੀਗਾ ਜਿੱਥੇ ਇਹਨਾਂ ਨੇ ਮੈਨੂੰ ਕੰਮ ਕਰਨ ਲਾਇਆ ਸੀਗਾ ਜੀ। ਫਿਰ ਤੁਹਾਡਾ ਆਪਸ ਵਿੱਚ ਪਿਆਰ ਪੈ ਗਿਆ ਉਹਨਾਂ? ਟੈਲ ਮੀ ਟਰੂ, ਡੋਂਟ ਲਾਈ। ਸਰ ਮੇਰਾ ਕੋਈ ਉਹ ਸਿਰਫ ਸਰ ਮੇਰਾ ਫਰੈਂਡ ਸੀਗਾ, ਉਹ ਵੀ ਇਹਨਾਂ ਇਹਨਾਂ ਨੇ ਇਹਨਾਂ ਕਰਕੇ ਹੀ ਮੈਨੂੰ ਜਾਣਦਾ ਸੀ, ਕਿਉਂਕਿ ਉਹਦੇ ਨਾਲ ਖਾਣਾ ਖਾਣ ਜਾਂਦੇ ਤਾਂ ਹੀ ਮੈਨੂੰ ਵੀ ਨਾਲ ਲੈ ਜਾਂਦੇ ਸੀਗੇ। ਰੈਸਟੋਰੈਂਟ ਵਿੱਚ ਤੁਸੀਂ ਵੀ ਕੰਮ ਕਰ ਰਹੇ ਸੀ, ਉਹ ਵੀ ਚਾਈਨੀ ਮੁੰਡਾ ਵੀ ਕੰਮ ਕਰਦਾ ਸੀ, ਠੀਕ ਹੈ ਨਾ? ਹਾਂਜੀ ਸਰ। ਤੇ ਤੁਸੀਂ ਉਹਦੇ ਨਾਲ ਖੜੇ ਹੋ ਤਸਵੀਰ ਦੇ ਨਾਲ, ਤੁਸੀਂ ਇਸ ਤਰ੍ਹਾਂ ਹੱਕ ਕਰਦੇ ਹੋ, ਵਾਈ ਯੂ ਡੂ ਦਿਸ? ਤੁਸੀਂ ਉਹਨਾਂ ਪ੍ਰੀਤ ਕਿਉਂ ਪਾਈ ਨਹੀਂ ਜਲਦੀ? ਵਾਈ ਯੂ ਡੂ ਦੈਟ? ਤੁਸੀਂ ਉਹਨੇ ਹੱਕ ਕਿਉਂ ਕੀਤਾ? ਸਰ ਮੇਰੀ ਕੋਈ ਹੱਥ ਕਰਦੀ ਦੀ ਫੋਟੋ ਹੀ ਨਹੀਂ ਹੈਗੀ ਸਰ, ਜੇ ਇਹਨਾਂ ਨੇ ਕੋਈ ਬਣਾ ਕੇ ਦਿੱਤੀ ਹੋਵੇ ਉਹ ਚ ਮੈਂ ਨਹੀਂ ਕਹਿ ਸਕਦੀ, ਪਰ ਮੇਰੀ ਕੋਈ ਇਹੋ ਜਿਹੀ ਫੋਟੋ ਨਹੀਂ ਹੈਗੀ ਵੀ ਜਿਹਦੇ ਚ ਮੈਂ ਉਹਨੂੰ ਹੱਗ ਕਰਕੇ ਖੜੀ ਹਾਂ। ਬੀ ਕੁਆਇਟ, ਮੈਂ ਆਲਰੇਡੀ ਚੈੱਕ ਕਰ ਚੁੱਕਾ ਤੁਹਾਡੀ ਪਿਕਚਰਸ ਔਰ ਮੈਂ ਤੁਹਾਡੀ ਵੀਡੀਓ ਜਿਹੜੀ ਆਡੀਓ ਜਿਹੜੀ ਆ ਰਿਕਾਰਡਿੰਗ ਜਿਹੜੀ ਅਸੀਂ ਟੈਸਟ ਕਰਾ ਚੁੱਕੇ ਹਾਂ ਲੈਬ ਚੋਂ। ਉਹ ਕਹਿ ਰਹੇ ਕਿ ਡੋਂਟ ਵਰੀ ਅਬਾਊਟ ਇਟ, ਆਈ ਡੋਂਟ ਗੋ ਫਰਦਰ ਔਨ ਦੈਟ। ਤੁਸੀਂ 100% ਵਿੱਚ ਗਲਤ ਹੋ, ਪਰ ਤੁਸੀਂ ਜ਼ਿੰਦਗੀ ਦੇ ਵਿੱਚ ਵਿਕਟਿਮ ਹੋ। ਤੁਹਾਡਾ ਮੈਂ ਸਾਥ ਦੇਣਾ ਆ, 100% ਦੇਵਾਂਗਾ। ਤੁਹਾਡੀ ਗਲਤ ਕੀਤੀਆਂ ਗਲਤੀਆਂ ਉਹ ਵੀ ਲੋਕਾਂ ਦੇ ਸਾਹਮਣੇ ਕਰਨਾ ਚਾਹਾਂਗਾ ਔਰ ਤੁਹਾਡੀ ਮਾਂ ਦਾ ਕਸੂਰ ਹੈ ਕਿ ਛੋਟੀ ਉਮਰ ਵਿੱਚ ਵਿਆਹ ਤੁਹਾਡਾ ਕਿਉਂ ਕੀਤਾ। ਸ਼ੀ ਇਜ਼ ਰਿਸਪੋਂਸੀਬਲ ਫਾਰ ਦੈਟ। ਕਿਉਂਕਿ ਸਾਡੀ ਧੀ ਜਿਹੜੀ ਆ ਉਹ ਕੈਨੇਡਾ ਚਲ ਗਏ, ਕੈਨੇਡਾ ਦੀ ਖਾਤਰ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੀ ਤੁਹਾਡੀ ਮਾਂ ਆ, ਮਾਂ ਵੀ ਤੁਹਾਡੀ ਡੈਡ ਆ। ਆਈ ਐਮ ਸੋਰੀ, ਟਰੂ ਐਂਡ ਫੈਕਟ ਹੈ। ਹੋਲਡ ਔਨ, ਆਈ ਐਮ ਹੈਲਪਿੰਗ ਯੂ ਆਊਟ। ਮੈਂ 100% ਵਾਅਦਾ ਕਰਦਾ ਕਿ ਤੁਹਾਡੇ ਨਾਲ ਸ਼ਾਦੀ ਕੀਤੀ ਆ ਅਤੇ ਤੁਹਾਨੂੰ ਦੋ ਬੱਚੇ, ਤੁਸੀਂ ਮਾਂ ਬਣੇ ਬੇਟਾ, ਔਰ ਤੁਹਾਨੂੰ ਜਲੀਲ ਕੀਤਾ ਇਹਨੇ ਪਰਿਵਾਰ ਨੇ, ਇਹ ਪਰਿਵਾਰ ਨੂੰ ਸਜ਼ਾ ਭੁਗਤਣੀ ਪਵੇਗੀ। ਇਹ ਜੱਜ ਸਾਹਿਬ ਦੀ ਜੱਜਮੈਂਟ ਆਵੇਗੀ, ਮੈਂ ਜੱਜ ਨਹੀਂ ਹੈ, ਮੇਰੀ ਜੱਜਮੈਂਟ ਹੈ। ਮੈਂ ਕੱਲ੍ਹ ਨੂੰ ਪ੍ਰਬੰਧ ਵਿੱਚ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਉਹ ਸਾਡੇ ਮਹਿਮਾਨ ਹੋਣਗੇ। ਕੱਲ੍ਹ ਨੂੰ ਮੈਂ ਹਾਈ ਸੁਪਰੀਮ ਕੋਰਟ ਦੇ ਜੱਜ ਸਾਹਿਬ ਨਾਲ ਇੱਕ ਇੰਟਰਵਿਊ ਕਰਨ ਜਾ ਰਿਹਾ, ਨਾਟ ਬਿਕੋਜ਼ ਆਫ ਯੂਰ ਮੈਟਰ, ਜਸਟ ਪਬਲਿਕ ਦੀ ਅਵੇਅਰਨੈਸ ਵਾਸਤੇ, ਲੋਕਾਂ ਦੇ ਕੀ ਹੱਕ ਨੇ। ਗੁਰਪ੍ਰੀਤ ਜੀ, ਕੱਲ੍ਹ ਨੂੰ ਸੁਪਰੀਮ ਕੋਰਟ ਜੱਜ ਸਾਹਿਬ ਆ ਰਹੇ ਨੇ ਜੀ? ਓਕੇ, ਤੁਸੀਂ ਮੈਨੂੰ ਦੱਸੋ, ਤੁਹਾਡੀ ਮਦਦ ਦੱਸਣ ਦੇ ਮੁਤਾਬਕ ਕਿ ਇਹ ਤੁਹਾਡਾ ਹਸਬੈਂਡ 2 ਸਾਲ ਤੁਹਾਡੇ ਨਾਲ ਰਿਹਾ, ਤੁਸੀਂ 2 ਸਾਲ ਦੇ ਵਿੱਚ 2 ਬੱਚਿਆਂ ਦੀ ਮਦਰ ਬਣ ਗਏ ਸੀ, ਅਬੋਰਸ਼ਨ ਜ਼ਬਰਦਸਤੀ ਕਰਾਇਆ ਇਹਨਾਂ ਨੇ ਤੁਹਾਡਾ? ਸਰ ਇਹ ਮੈਨੂੰ ਕਹਿੰਦੇ ਵੀ ਗਰਮੀ ਬਹੁਤ ਆ, ਵੀ ਤੈਨੂੰ ਅਸੀਂ ਦਵਾਈ ਦਵਾ ਕੇ ਲੈ ਕੇ ਆਉਂਦੇ, ਮੇਰੀ ਡਾਕਟਰ ਦੀ ਦਵਾਈ ਪਹਿਲਾਂ ਵੀ ਚੱਲ ਰਹੀ ਸੀਗੀ। ਹਾਂ, ਤੇ ਸਰ ਉੱਥੇ ਜਾ ਕੇ ਮੈਨੂੰ ਕਹਿੰਦੇ ਵੀ ਠੰਡਾ ਟੀਕਾ ਲਗਾਉਣਾ, ਤੇ ਸਰ ਉਹਨਾਂ ਨੇ ਮੇਰੇ ਇੰਜੈਕਸ਼ਨ ਲਵਾਇਆ ਤੇ ਦਵਾਈ ਦਿੱਤੀ, ਤੇ ਸਰ ਐਵੇਂ ਥੋੜੇ ਟਾਈਮ ਕੁਛ ਕੁ ਘੰਟਿਆਂ ਬਾਅਦ ਹੀ ਮਤਲਬ ਅਬੋਰਸ਼ਨ ਹੋ ਗਿਆ। ਓ ਮਾਈ ਗੋਡ, ਓ ਗੋਡ। ਤੇ ਸਰ ਇਹਨਾਂ ਨੇ ਮੈਨੂੰ ਇੱਕ ਮੰਥ ਬਾਅਦ ਦੱਸਿਆ ਵੀ ਇਹ ਸਾਰਾ ਕੁਛ ਅਸੀਂ ਕਰਵਾਇਆ ਸੀਗਾ।
ਤੁਹਾਡੇ ਕੋਲ ਕੋਈ ਐਸਾ ਰਿਕਾਰਡ ਤੁਹਾਡੇ ਕੋਲ ਬੇਟਾ ਤੂੰ ਮੇਰੀ ਧੀ ਆ ਆਈ ਹੱਗ ਯੂ ਤੁਹਾਡੇ ਕੋਲ ਕੋਈ ਐਸਾ ਪਰੂਫ ਹੈ ਅਸੀਂ ਇਹਨਾਂ ਤੇ ਕਤਲ ਦਾ ਕੇਸ ਪਾ ਸਕਦੇ ਹਾਂ ਇਹਨਾਂ ਨੇ ਬੰਦੇ ਦੇ ਪੁੱਤ ਬਣਾ ਦਾਂਗੇ ਫੜ ਕੇ ਇਹ ਕਲੈਣੀ ਮਾਂ ਨੂੰ ਵੀ ਤੇ ਇਸ ਬੰਦੇ ਨੂੰ ਵੀ ਜਿਹਨੇ ਤੁਹਾਡੇ ਇੰਜੈਕਸ਼ਨ ਵਾਲੇ ਡਾਕਟਰ ਨੂੰ ਵੀ ਹਾਮਜ਼ਾਦੇ ਨੂੰ ਡਾਕਟਰ ਕਾਨ ਡੂ ਦਿਸ ਡਾਕਟਰ ਕੌਣ ਸੀ ਇਹ ਕਿਹੜਾ ਹਸਪੀਟਲ ਸੀਗਾ ਕਿਹੜਾ ਇਹ ਤੁਹਾਡਾ ਕਲੀਨਿਕ ਸੀਗਾ ਪਲੀਜ਼ ਮੈਨੂੰ ਡਿਸਕ੍ਰਾਈਬ ਕਰੋ ਲੋਕੇਸ਼ਨ ਦਿਓ ਫੌਰਨ ਆਪਣੇ ਕਿਰਪਾ ਜੀ ਨੋਟ ਕਰੋ ਫੌਰਨ ਲੀਗਲ ਪੈਨਲ ਨੂੰ ਭੇਜੋ ਰਾਈਟ ਵੇ ਪੁਲਿਸ ਡਿਪਾਰਟਮੈਂਟ ਨੂੰ ਬੋਲੋ ਅਨੇਜਾ ਹਸਪੀਟਲ ਸਰ ਨਾਭਾ ਹਾਂਜੀ ਅਨੇਜਾ ਹਸਪੀਟਲ ਨਾਭਾ ਸਰ ਅਨੇਜਾ ਹਸਪੀਟਲ ਨਾਭਾ ਹਾਂਜੀ ਇੱਕ ਨਾਭੇ ਦੇ ਵਿੱਚ ਹੈ ਹਸਪੀਟਲ ਹਾਂਜੀ ਹਾਂਜੀ ਓਕੇ ਸੋ ਡਾਕਟਰ ਨੇ ਤੁਹਾਨੂੰ ਉੱਥੇ ਨੀਡਲ ਦਿੱਤੀ ਹੈ ਹਾਂਜੀ ਤੁਸੀਂ ਆਪਣੇ ਹਸਬੰਡ ਦੱਸਿਆ ਸੀ ਕਿ ਤੁਸੀਂ ਬੱਚੇ ਦੀ ਮਾਂ ਬਣਨ ਵਾਲੇ ਬੇਟਾ ਹਾਂਜੀ ਸਭ ਨੂੰ ਪਤਾ ਸੀਗਾ ਸਰ ਕਿੰਨਾ ਸਮਾਂ ਹੋ ਚੁੱਕਾ ਸੀ ਆਪ ਜੀ ਦੇ ਘਰ ਦੇ ਵਿੱਚ ਤੁਸੀਂ ਮਦਰ ਬਣਨਾ ਸੀ ਪੁੱਤ ਸਰ ਦੋ ਦਿਨ ਰਹਿੰਦੇ ਸੀਗੇ ਤਿੰਨ ਮੰਥ ਕੰਪਲੀਟ ਹੋਣ ਚ ਇਹਨਾਂ ਨੂੰ ਸ਼ਰਮ ਨਹੀਂ ਆਈ ਇਹਨਾਂ ਨੂੰ ਕਿ ਬੱਚੇ ਨੂੰ ਕਤਲ ਕੀਤਾ ਹੈ ਪੇਟ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਦੂਜੀ ਵਾਰੀ ਫਿਰ ਦੁਬਾਰਾ ਹੋਇਆ ਨਹੀਂ ਸਰ ਇੱਕੋ ਵਾਰ ਸਰ ਦੋ ਦੋ ਬੱਚੇ ਸੀਗੇ ਓ ਮਾਈ ਗੋਡ ਸੋ ਸੈਡ ਐਡਾ ਵੱਡਾ ਪਾਪ ਕਮਾਇਆ ਇਹਨਾਂ ਲੋਕਾਂ ਨੇ ਪਾਪੀਆਂ ਨੇ ਜਾਣੀ ਕਿ ਤੁਹਾਨੂੰ ਪਹਿਲੀ ਪ੍ਰੈਗਨੈਂਸੀ ਦੇ ਵਿੱਚ ਦੋ ਬੱਚੇ ਸੀਗੇ ਹਾਂਜੀ ਸਰ ਓ ਗੋਡ ਇੰਨੇ ਬੇਟਾ ਬਹੁਤ ਵੱਡਾ ਕ੍ਰਾਈਮ ਹੈ ਤੁਹਾਡੇ ਪਾਸ ਕੋਈ ਐਸਾ ਪਰੂਫ ਹੈ ਹਾਂਜੀ ਸਰ ਮੇਰੇ ਕੋਲ ਡਾਕਟਰ ਦੇ ਰਿਪੋਰਟਸ ਹੈਗੀਆਂ ਨੇ ਜੀ ਡਾਕਟਰ ਦੀ ਰਿਪੋਰਟਸ ਤੁਹਾਡੇ ਕੋਲ ਹੈ ਹਾਂਜੀ ਸਰ ਅਲਟਰਾਸਾਊਂਡ ਜਿਵੇਂ ਕਰਾਈ ਸੀਗੀ ਪਹਿਲਾਂ ਦੀ ਬਾਅਦ ਚ ਬਾਕੀ ਕੁਛ ਸਰ ਇਹਨਾਂ ਨੇ ਤਾਂ ਮੇਰੇ ਡਾਕੂਮੈਂਟ ਵੀ ਨਹੀਂ ਦਿੱਤੇ ਬਾਕੀ ਸਾਰੇ ਡਾਕੂਮੈਂਟ ਇਹਨਾਂ ਦੇ ਕੋਲ ਨੇਗੇ ਸਾਰੇ ਪਰੂਫ ਇਹਨਾਂ ਦੇ ਕੋਲ ਹੈਗੇ ਨੇ ਅਬੋਰਸ਼ਨ ਦੇ ਤੁਹਾਡੇ ਕੋਈ ਐਸਾ ਪਰੂਫ ਹੈ ਅਬੋਰਸ਼ਨ ਦਾ ਮੇਰੇ ਕੋਲ ਸਰ ਅਲਟਰਾਸਾਊਂਡ ਹੈਗੀ ਹੈ ਜੀ ਬਾਅਦ ਦੀ ਅਲਟਰਾਸਾਊਂਡ ਇਸ ਨਾਟ ਸਫੀਸ਼ੀਐਂਟ ਪਰੂਫ ਸੋ ਤੁਹਾਡੇ ਕੋਈ ਕਨਵਰਸੇਸ਼ਨ ਜੇ ਤੁਹਾਨੂੰ ਹੂ ਟੋਲਡ ਯੂ ਯੂ ਹੈਵ ਅ ਟੂ ਬੇਬੀ ਸਰ ਇਹਨਾਂ ਨੇ ਤਾਂ ਮੈਨੂੰ ਕਰਵਾ ਕੇ ਬਾਅਦ ਹੀ ਦੱਸਿਆ ਹੀ ਮੈਨੂੰ ਪਹਿਲਾਂ ਇਹਨਾਂ ਨੇ ਕੁਛ ਵੀ ਨਹੀਂ ਦੱਸਿਆ ਹੈਗੇ ਇਹਨਾਂ ਨੂੰ ਵੀ ਦੱਸਿਆ ਡਾਕਟਰ ਨੇ ਕਿ ਤੁਹਾਡੇ ਦੋ ਬੱਚੇ ਆ ਕਿ ਤੁਸੀਂ ਨਾ ਇਸ ਤਰ੍ਹਾਂ ਕਰੋ ਡਾਕਟਰ ਨੇ ਕਿਹਾ ਹੋਣਾ ਇਹਨਾਂ ਨੂੰ ਹਾਂਜੀ ਸਰ ਬਸ ਮੈਨੂੰ ਤਾਂ ਸਰ ਇਹ ਅੰਦਰ ਲੈ ਕੇ ਗਏ ਨੇ ਵੀ ਸਿਰਫ ਘਰੇ ਇੰਜੈਕਸ਼ਨ ਲਵਾਉਣਾ ਪਹਿਲਾਂ ਤਾਂ ਇਹਨਾਂ ਨੇ ਕੋਈ ਗੱਲ ਕੀਤੀ ਵੀ ਇਹਦੇ ਠੰਡਾ ਟੀਕਾ ਲਾ ਜਾਂ ਕੁਛ ਮੈਨੂੰ ਕਹਿੰਦੇ ਵੀ ਡਾਕਟਰ ਨਾਲ ਗੱਲ ਕਰਕੇ ਆਉਂਦੇ ਹੈਗੇ ਵੀ ਦੋ ਬੱਚੇ ਨੇ ਵੀ ਤੇਰੇ ਗਰਮੀ ਜਦੋਂ ਇਹ ਦੋ ਬੱਚਿਆਂ ਦਾ ਅਬੋਰਸ਼ਨ ਕਰਾਇਆ 3 ਮਹੀਨੇ ਟਾਈਮ ਹੋ ਚੁੱਕਾ ਸੀਗਾ ਤਾਂ ਉਸ ਵੇਲੇ ਹਸਪੀਟਲ ਵਿੱਚ ਤੁਸੀਂ ਨਾਭੇ ਗਏ ਅਨੇਜਾ ਹਸਪੀਟਲ ਵੀ ਗੋਟ ਦਿਸ ਅਪ ਟੂ ਦਾ ਟਾਈਮ ਇਹ ਤੁਹਾਡੇ ਨਾਲ ਹੋਰ ਕੌਣ ਕੌਣ ਸੀ ਸਰ ਮੇਰੀ ਸੱਸ ਤੇ ਮੇਰੇ ਘਰ ਵਾਲਾ ਲੈ ਕੇ ਗਏ ਸੀ ਮੈਨੂੰ ਆ ਤੁਹਾਡੀ ਕਲੈਣੀ ਸੱਸ ਬਲਜਿੰਦਰ ਕੌਰ ਸੀ ਪਲੀਸ ਨੋਟ ਇੱਕ ਮਰਡਰ ਕਰਾਇਆ ਗਿਆ ਬੱਚਿਆਂ ਦਾ ਓਕੇ ਫਾਈਨ ਸੋ ਤੁਹਾਡਾ ਹਸਬੰਡ ਵੀ ਨਾਲ ਸੀ ਹਾਂਜੀ ਸਰ ਤੁਹਾਨੂੰ ਪਤਾ ਕਿ ਇਹ ਕਾਨੂੰਨ ਤੁਹਾਨੂੰ ਆਗਿਆ ਦਿੰਦਾ ਇਹ ਜੋ ਕੁਛ ਵੀ ਜ਼ਬਰਦਸਤੀ ਤੁਹਾਡੇ ਤੋਂ ਕਰਾਇਆ ਗਿਆ ਹਾਂਜੀ ਸਰ ਜੇ ਸਰ ਮੈਨੂੰ ਦੱਸਦੇ ਤਾਂ ਮੈਂ ਕਦੇ ਨਹੀਂ ਸੀ ਹੋਣ ਦੇਣੀ ਇਹਨਾਂ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਹੈਗਾ ਪਰ ਤੁਸੀਂ ਆਲਰੇਡੀ ਦੱਸਿਆ ਸੀ ਆਪਣੀ ਮਦਰ ਨੂੰ ਆਪਣੀ ਸੱਸ ਨੂੰ ਆਪਣੇ ਘਰ ਵਾਲੇ ਨੂੰ ਕਿ ਤੁਸੀਂ ਇਹਨਾਂ ਹਾਲਾਤਾਂ ਵਿੱਚ ਹੀ ਹੋ ਤੁਸੀਂ ਮਾਂ ਬਣਨ ਵਾਲੇ ਹੋ ਹਾਂਜੀ ਸਰ ਸਭ ਨੂੰ ਪਤਾ ਸੀ ਕਿ ਸਾਰਾ ਕੁਝ ਪਤਾ ਸੀ ਕਿ ਸਭ ਨੂੰ ਨਹੀਂ ਮੇਰਾ ਸਵਾਲ ਇਹ ਹੈ ਕਿ ਇਹਨਾਂ ਨੂੰ ਪਤਾ ਸੀ
ਆਈ ਵਡ ਨੋ ਦੈਟ ਸਭ ਦਾ ਮਤਲਬ ਕਿ ਇੱਕ ਨੋਰਮਲ ਗੱਲ ਹੈ। ਜਦੋਂ ਅਸੀਂ ਟੈਕਨੀਕਲ ਗੱਲ ਕਰਦੇ ਹਾਂ, ਜਦੋਂ ਅਸੀਂ ਰੇਡੀਓ ਬ੍ਰੌਡਕਾਸਟਿੰਗ ਦੇ ਵਿੱਚ ਕੋਈ ਇੰਟਰਵਿਊ ਕਰਦੇ ਹਾਂ, ਅਸੀਂ ਡਿਕੋਡ ਸਟੋਰੀ ਕਰਦੇ ਹਾਂ, ਤਾਂ ਆਈ ਵਡ ਮੇਕ ਸ਼ੋਰ ਟੂ ਦੀ ਪੁਆਇੰਟ ਦੇ ਵਿੱਚ ਮੈਂ ਗੱਲ ਕਰਦਾ ਹੋਇਆ ਹੋਸਟ ਨਾ, ਮੈਂ ਹੋਸਟ ਇਸ ਵੇਲੇ ਐਕਟ ਕਰਦੇ ਹਾਂ, ਰੈਕਟ ਕਰ ਰਿਹਾ ਕਿ ਤੁਹਾਡੀ ਸੱਸ ਤੁਹਾਡੇ ਪ੍ਰਾਹੁਣੇ ਨੂੰ ਆਪ ਜੀ ਦੀ ਮਦਰ ਨੂੰ ਇਸ ਦੀ ਜਾਣਕਾਰੀ ਸੀ ਕਿ ਆਪ ਜੀ 3 ਮਹੀਨੇ ਦੀ ਮਾਂ ਬਣ ਚੁੱਕੇ ਹੋ। ਹਾਂਜੀ ਸਭ, ਹਾਂਜੀ ਮੇਰੇ ਘਰਦਿਆਂ ਨੂੰ, ਮੇਰੇ ਮੰਮੀ ਡੈਡੀ ਨੂੰ, ਮੇਰੇ ਹਸਬੈਂਡ ਨੂੰ, ਮੇਰੀ ਸੱਸ ਨੂੰ, ਸਾਰਿਆਂ ਨੂੰ ਪਤਾ ਸੀਗਾ ਜੀ। ਤੇ ਜਦੋਂ ਤੁਹਾਨੂੰ ਹਸਪੀਟਲ ਲੈ ਗਏ, ਹਸਪੀਟਲ ਜਾਣ ਦਾ ਕਾਰਨ ਤੁਹਾਡੀ ਸਿਹਤ ਵਿਗੜ ਗਈ ਸੀ? ਨਹੀਂ, ਇਹ ਮੈਨੂੰ ਕਹਿੰਦੇ ਵੀ ਗਰਮੀ ਜ਼ਿਆਦਾ ਹੋਈ ਪਈ ਆ, ਵੀ ਅਸੀਂ ਪਤਾ ਕੀਤਾ ਗਾ ਵੀ ਐਵੇਂ ਵੀ ਜਦ ਤੇਰੀ ਏਜ ਛੋਟੀ ਆ, ਵੀ ਬੱਚੇ ਵੀ 2 ਨੇਗੇ, ਵੀ ਕੋਈ ਕੁਛ ਗਲਤ ਨਾ ਹੋ ਜਾਵੇ, ਵੀ ਆਪਾਂ ਪਹਿਲਾਂ ਤੋਂ ਹੀ ਇਹਦਾ ਠੰਡਾ ਟੀਕਾ ਲਵਾ ਲੈਂਦੇ ਆ। ਓ ਮਾਈ ਗੋਡ, ਅੱਛਾ ਇਹਨਾਂ ਨੂੰ ਪਤਾ, ਇਹਨੇ ਦੱਸਿਆ ਕਿ ਇਹਨਾਂ ਕੇ 2 ਬੱਚੇ ਆ? ਤੁਸੀਂ ਅਲਟਰਾਸਾਊਂਡ ਕਰਾਇਆ? ਹਾਂਜੀ ਡਾਕਟਰ ਨੇ ਦੱਸਿਆ ਸੀਗਾ ਜੀ। ਡਾਕਟਰ ਕਿਹੜਾ ਦੱਸਿਆ ਸੀ ਤੁਹਾਨੂੰ ਪਤਾ? ਡਾਕਟਰ ਨੇ ਤੁਹਾਨੂੰ ਆਪ ਦੱਸਿਆ ਜਾਂ ਤੁਹਾਡੇ ਹਸਬੈਂਡ ਨੂੰ ਦੱਸਿਆ? ਹਾਂਜੀ ਨਹੀਂ ਸਰ, ਮੈਨੂੰ ਆਪ ਦੱਸਿਆ ਜੀ ਉਹਨਾਂ। ਡਾਕਟਰ ਲੇਡੀ ਸੀ ਜਾਂ ਡਾਕਟਰ ਮੇਲ ਸੀ? ਲੇਡੀ ਸੀਗੀ। ਲੇਡੀ ਡਾਕਟਰ? ਹਾਂਜੀ। ਯੂ ਸ਼ੋਰ ਕਿ ਸ਼ੀ ਇਜ਼ ਅ ਡਾਕਟਰ ਔਰ ਸ਼ੀ ਇਜ਼ ਆਰਐਨ? ਨਹੀਂ ਡਾਕਟਰ ਸੀਗੀ ਸਰ। ਤੁਹਾਨੂੰ ਪਤਾ ਕਿ ਨਰਸ ਦੇ ਵਿੱਚ ਤੇ ਡਾਕਟਰ ਦੇ ਵਿੱਚ ਫਰਕ ਹੈ? ਹਾਂਜੀ ਸਰ, ਡਾਕਟਰ ਹੀ ਸੀਗੇ ਸਰ। ਹਾਊ ਡਿਡ ਯੂ ਨੋ? ਕਿਉਂਕਿ ਪਹਿਲਾਂ ਵੀ ਮੇਰੀ ਦਵਾਈ ਉਹਨਾਂ ਕੋਲ ਚੱਲਦੀ ਸੀ ਜਦੋਂ ਤੋਂ ਜਿਵੇਂ ਪ੍ਰੈਗਨੈਂਸੀ ਹੋਈ ਸੀ। ਮੇਰਾ ਸਵਾਲ ਇਹ ਆ ਕਿ ਤੁਹਾਨੂੰ ਕਿਵੇਂ ਪਤਾ ਕਿ ਡਾਕਟਰ ਹੈ ਇਹ? ਸਰ ਕਿਉਂਕਿ ਮੈਨੂੰ ਪਤਾ ਹੀ, ਅਸੀਂ ਪਹਿਲਾਂ ਵੀ ਜਾਂਦੇ ਰਹਿੰਦੇ ਸੀ ਉਹਨਾਂ ਕੋਲ। ਐਨੀਵੇ, ਕੀ ਨਾਂ ਕਿਸ ਲੇਡੀ ਦਾ? ਤੁਸੀਂ ਡਾਕਟਰ ਕਹਿ ਰਹੇ ਹੋ, ਆਈ ਐਮ ਡਾਊਟ ਕਿ ਸ਼ੀ ਮਾਈਟ ਆਰਐਨ। ਓਕੇ ਐਨੀਵੇ, ਸੋ ਕੀ ਨਾਂ ਡਾਕਟਰ ਦਾ ਜਿਹਨੇ ਅਬੋਰਸ਼ਨ ਕੀਤਾ? ਸਰ ਸੁਨੀਤਾ ਨੇਜਾ ਸੀਗੀ। ਸੁਨੀਤਾ? ਡਾਕਟਰ ਸੁਨੀਤਾ ਨੇਜਾ। ਸੁਨੀਤਾ ਅਨੇਜਾ, ਇਹ ਜੇ ਜਾਣ ਦੀ ਤਿਆਰੀ ਕਰ ਲਵੇ ਡਾਕਟਰ ਵੀ ਕਿ ਬਹੁਤ ਵੱਡਾ ਕ੍ਰਾਈਮ ਕੀਤਾ, 2 ਬੱਚਿਆਂ ਨੂੰ ਮੌਤ ਤੇ ਘਾਟ ਉਤਾਰਨ ਵਾਲੀ ਇੱਕ ਡਾਕਟਰ ਜਿਹੜੀ ਹੈ, ਅਕੋਰਡਿੰਗ ਟੂ ਯੂ ਤੁਸੀਂ ਦੋਸ਼ ਲਾ ਰਹੇ ਹੋ, ਮੈਂ ਨਹੀਂ ਲਾ ਰਿਹਾ, ਬੱਚੇ ਤੁਹਾਨੂੰ ਸੀਗੇ, ਬੱਚੇ ਤੁਹਾਡੇ ਪੇਟ ਵਿੱਚ ਸੀਗੇ, ਔਰ ਸ਼ਰਮ ਵਾਲੀ ਗੱਲ ਡਾਕਟਰ ਵਾਸਤੇ, ਸ਼ਰਮ ਵਾਸਤੇ ਇੱਕ ਤੁਹਾਡੀ ਜਿਹੜੀ ਸੱਸ ਹੈ ਉਹਨੂੰ ਸ਼ਰਮ ਚਾਹੀਦੀ ਆ ਕਿ ਮੇਰੇ ਘਰ ਦੇ ਵਿੱਚ 2 ਬੱਚਿਆਂ ਨੇ ਜਨਮ ਲੈਣਾ ਔਰ 3 ਮਹੀਨੇ ਹੋ ਗਏ ਆ, ਤੁਸੀਂ ਜ਼ਿੰਦਗੀ ਬੱਚੇ ਦੀ ਬਰਬਾਦ ਕਰ ਰਹੀ ਹੈ। ਇੱਥੇ ਅਸੀਂ ਕ੍ਰਾਈਮ ਜਿਹੜਾ ਆ, ਇੱਕ ਮਿੰਟ, ਇੱਥੇ ਰਜਿਸਟਰ ਕਰ ਸਕਦੇ ਪਰਚਾ, ਔਰ ਜੇ ਕੈਨੇਡਾ ਵਿੱਚ ਇੱਥੇ ਵੀ ਅਰੈਸਟ ਹੋ ਸਕਦੀ ਹੈ ਇਹ। ਐਨੀ ਹਾਓ ਆਈ ਵਿਲ ਲੈਟ ਮੀ ਨੋ, ਹੋਲਡ ਔਨ 1 ਸੈਕਿੰਡ, ਹੋਲਡ ਔਨ, ਲੈਟ ਮੀ ਗੋ ਥਰੂ ਸਮ ਡਾਕੂਮੈਂਟ, ਪਲੀਜ਼ ਟੇਕ 1 ਕਮਰਸ਼ੀਅਲ ਬ੍ਰੇਕ, ਹੋਲਡ ਔਨ, ਪਲੀਜ਼ ਸਟੈਂਡ ਬਾਈ, ਵੈਰੀ ਸੀਰੀਅਸ। ਐਸਪੀ ਸਾਹਿਬ ਦੀ ਨੌਲੇਜ ਵਿੱਚ ਹੈ ਇਹ, ਰਿਪੋਰਟ ਵਿੱਚ ਲਿਖਿਆ ਹੋਇਆ? ਹਾਂਜੀ ਸਰ ਲਿਖਿਆ ਹੋਇਆ ਜੀ। ਨੋ, ਇਹ ਰਿਪੋਰਟ ਵਿੱਚ ਤੁਸੀਂ ਲਿਖਾਇਆ ਹੀ ਨਹੀਂਗਾ। ਨਹੀਂ ਸਰ ਲਿਖਿਆ ਹੋਇਆ ਰਿਪੋਰਟ ਦੇ ਵਿੱਚ, ਸਾਰਾ ਕੁਝ ਲਿਖਿਆ ਹੋਇਆ। ਐਸਐਸਪੀ ਸਾਹਿਬ ਦੀ ਰਿਪੋਰਟ ਦੇ ਵਿੱਚ ਅਬੋਰਸ਼ਨ ਦਾ ਕੁਝ ਜ਼ਿਕਰ ਨਹੀਂ ਕੀਤਾ ਕਿ 2 ਬੱਚੇ ਆ। ਸਰ ਕੀਤਾ ਹੋਇਆ ਜੀ। ਆਈ ਐਮ ਟੈਲਿੰਗ ਯੂ ਇਟਸ ਨਾਟ ਦੇਅਰ। ਹਾਂਜੀ ਸਰ, ਮੈਂ ਕਹਿ ਰਹੇ ਹਾਂ ਕਿ ਨਹੀਂ ਉਹਦੇ ਵਿੱਚ ਮੈਂਸ਼ਨ ਕੀਤਾ ਗਿਆ। ਕਾਰਨ ਕੀ, ਭੁੱਲ ਗਏ ਤੁਸੀਂ ਕਿ ਤੁਸੀਂ ਮਤਲਬ ਕਈ ਵਾਰੀ ਡਿਪਰੈਸ਼ਨ ਚ ਹੁੰਦੇ ਆ, ਕਈ ਵਾਰੀ ਤੁਸੀਂ ਹੋਸ਼ ਵਿੱਚ ਨਹੀਂ ਹੁੰਦੇ, ਘਬਰਾਏ ਹੁੰਦੇ ਆ, ਮੈਨੂੰ ਲੱਗਦਾ ਕਿ ਤੁਸੀਂ ਇਹ ਪਾਰਟ ਮਿਸ ਕਰ ਗਏ।
ਨਹੀਂ ਸਰ, ਅਸੀਂ ਵੈਸੇ ਤਾਂ ਉਹਦੇ ਚ ਲਿਖਵਾਇਆ ਹੋਇਆ ਰਿਪੋਰਟ ਦੇ ਵਿੱਚ। ਤੁਸੀਂ ਕਹਿਤਾ ਲਿਖਾਇਆ ਹੋਇਆ ਪਰ ਉੱਥੇ ਨਹੀਂ ਲਿਖਿਆ ਹੋਇਆ, ਮੇਰੇ ਪਾਸ ਰਿਪੋਰਟ ਪਈ ਹੈ। ਤੁਸੀਂ ਜਦੋਂ ਮੈਂ ਗੱਲ ਕਰਦੇ ਜੋਗਿੰਦਰ ਵਾਸੀ ਨਾਲ ਗੱਲ ਕਰ ਰਹੇ ਹੋ, ਡੋਂਟ ਥਿੰਕ ਆਈ ਐਮ ਅ ਕਿਡ, ਆਈ ਨੋ ਈਚ ਸਿੰਕ। ਮੈਂ ਹਰ ਚੀਜ਼ ਨੂੰ ਬਰੀਕੀ ਨਾਲ ਲੈ ਕੇ ਲੀਗਲ ਪੈਨਲ ਚੈੱਕ ਕਰਦਾ ਆ, ਫਿਰ ਅਸੀਂ ਪ੍ਰੋਸੀਡ ਕਰਦੇ ਹਾਂ। ਇਹ ਨਹੀਂ ਲਿਆਓ ਜੀ ਹਾਂਜੀ ਭੈਣ ਜੀ ਭਾਅ ਜੀ ਨਹੀਂ ਕਰਦੇ ਸੀ, ਬੜ ਸੀਰੀਅਸ ਇਸ਼ੂ ਆ ਇਹ। ਔਰ ਇਹਨੂੰ ਸ਼ਰਮ ਚਾਹੀਦੀ ਸੀ ਤੁਹਾਡੀ ਸੱਸ ਨੂੰ ਕਿ ਦੋ ਬੱਚਿਆਂ ਦੀ ਮਾਂ ਬਣ ਗਈ ਹੈ, ਜਿਹੜੀ ਨੂੰਹ ਹੁੰਦੀ ਧੀ ਹੁੰਦੀ ਬੇਟਾ, ਤੂੰ ਧੀ ਸੀਗੀ, ਕਸੂਰ ਤੇਰੀ ਮਾਂ ਦਾ ਆ ਜਿਹਨੇ ਤੈਨੂੰ ਇੰਨੀ ਉਮਰ ਵਿੱਚ ਵਿਆਹ ਕਰਤਾ ਕੈਨੇਡਾ ਦੇ ਲਾਲਚ ਦੇ ਵਿੱਚ। ਆੜ ਕੀ ਲੋੜ ਸੀ ਤੈਨੂੰ ਫਾਹਾ ਲੈਣ ਦੀ? ਮੈਂ ਤੇਰੀ ਮਾਂ ਨੂੰ ਇਹ ਗੱਲ ਕਹੀ ਆ ਕਿ ਇਹਦੇ ਨਾਲ ਆਪਣੀ ਧੀ ਨੂੰ ਖੂਹ ਚ ਧੱਕਾ ਦੇਣ ਦੀ, ਆਹ ਕੰਮ ਜਿਹੜੇ ਕਰਤੇ ਆ। ਫਿਰ ਤੈਨੂੰ ਹਾਂਗਕਾਂਗ ਭੇਜਿਆ, ਤੇ ਇਲਜ਼ਾਮ ਲੱਗੇ ਇੱਕ ਚਾਈਨੀ ਮੁੰਡੇ ਦੇ ਨਾਲ, ਪ੍ਰੀਤ ਪਾਲੀ। ਕੀ ਇਹ ਸੱਚ ਕੀ ਇਹ ਝੂਠ ਆ, ਇਹ ਤੂੰ ਜਾਣੇ ਉਹ ਜਾਣੇ? ਪਰ ਇਲਜ਼ਾਮ ਤਾਂ ਲਾ ਤੇ ਨਾ ਨਣਾਨ ਨੇ, ਪਰ ਨਣਾਨ ਨੇ ਤੈਨੂੰ ਇੰਨਾ ਕੁੱਟਿਆ, ਤੇਰਾ ਸਿਰ ਚੁੱਕ ਚੁੱਕ ਕੇ ਕੰਧਾਂ ਨਾ ਮਾਰਿਆ, ਇੰਨੀ ਬਸ਼ਰਮ ਨਣਾਨ। ਜਦੋਂ ਇੰਡੀਆ ਆਵੇਗੀ ਉੱਥੇ ਵੀ ਚਾਰਜ ਲੱਗਣਗੇ, ਉਹ ਵੀ ਜੇਲ੍ਹ ਜਾਊਗੀ। ਤੂੰ ਚਾਹੁੰਦੀ ਹੈ ਜੇਲ੍ਹ ਜਾਵੇ ਜਾਂ ਤੂੰ ਚਾਹੁੰਦੀ ਹੈ ਪਿਆਰ ਕਰਦੀ ਨਣਾਨ ਨੂੰ? ਮੇਰੀ ਸੱਸ ਉਸ ਟਾਈਮ ਵੀਡੀਓ ਕਾਲ ਤੇ ਦੇਖਦੀ ਹੁੰਦੀ ਸੀ ਸਾਰਾ ਕੁਛ। ਇੰਨੀ ਤੇਰੀ ਸੱਸ ਨਿਰਦਈ ਆ ਔਰ ਇੰਨੀ ਜ਼ਾਲਮ ਆ ਇਹ ਔਰਤ, ਤੇ ਨਣਾਨ ਦਿਖਾ ਲਈ ਦੇਖਦੀ ਮੈਂ ਕੁੱਟਦੀ ਹਾਂ, ਸ਼ਰਮ ਨੀ ਹੈ ਤੇਰੀ ਸੱਸ ਨੂੰ, ਇਹ ਬਸ਼ਰਮ ਨੂੰ ਔਰਤ ਨੂੰ, ਕਿ ਤੂੰ ਕਿਸੇ ਦੀ ਧੀ ਨੂੰ ਕਟਾ ਰਹੀ ਆ, ਦੂਜੇ ਪਾਸੇ ਉਸੇ ਉਹਦੇ ਪਰਿਵਾਰ ਨੂੰ ਲੁਟਾ ਰਹੀ ਆ, ਆਪਣੀ ਧੀ ਦੇ ਦੋ ਬੱਚੇ ਆ ਉਹ ਤੂੰ ਕਤਲ ਕਰਾ ਦਿੱਤੇ ਆ। ਦਿਸ ਇਜ਼ ਬਿਗ ਫਰੋਡ ਆ, ਇਹਦੇ ਵਿੱਚ ਮਰਡਰ ਕੇਸ ਜਿਹੜਾ ਆ ਉਹ ਇਨਵੋਲਵ ਆ, ਇਹ ਦਾਜ ਦਹੇਜ ਦਾ ਇਨਵੋਲਵਮੈਂਟ ਆ, ਇਹਦੇ ਵਿੱਚ ਸੋ ਮੈਨੀ ਰੀਜ਼ਨ ਆ। ਔਰ ਤੁਸੀਂ ਕੰਸੈਂਟ, ਆਈ ਡੋਂਟ ਨੋ ਹੁਣ ਮੈਂ ਕੀ ਕਹਾਂ ਤੁਹਾਨੂੰ ਨਾ ਕੀ ਕਹਾਂ, ਇਹਦੇ ਵਿੱਚ ਤੁਸੀਂ ਵੀ ਕੁਝ ਚੀਜ਼ਾਂ ਦੀ ਜ਼ਿੰਮੇਵਾਰ ਹੋ, ਤੁਹਾਡੇ 'ਤੇ ਵੀ ਪਰਚੇ ਆ ਜਿਹੜਾ ਹੋ ਸਕਦਾ ਹੈ, ਕਿਉਂਕਿ ਅੰਡਰ ਏਜ ਕੰਸੈਂਟ ਦਿੱਤੀ ਹੈ ਜਾਂ ਆਈ ਡੋਂਟ ਨੋ, ਲੈਟਸ ਸੀ। ਲੀਗਲ ਪੈਨਲ ਤੋਂ ਵੱਡੀ ਦਾ ਟੂਰਨਾਮੈਂਟ ਹੋ ਰਿਹਾ ਜਿਹੜਾ ਕਿ ਸੀ ਏ ਦੀ ਗਰਾਊਂਡ ਵਿੱਚ ਹੋਵੇਗਾ, ਕੈਂਸਰ ਕਲਚਰ ਐਸੋਸੀਏਸ਼ਨ ਦੇ ਗੋਰਾ ਜੀ ਦੱਸਿਆ ਹੈ, ਗੁਰੂ ਦਾ ਲੰਗਰ ਤੁੱਟ ਵਰਤਿਆ ਜਾਵੇਗਾ ਅਤੇ ਸਹਿਯੋਗ ਦੇ ਰਹੇ ਨੇ ਬਹੁਤ ਵੱਡੀ ਗਿਣਤੀ ਵਿੱਚ ਵੱਖ ਵੱਖ ਵਪਾਰੀ ਸੀ, ਸਪੈਸ਼ਲੀ ਸੁੱਖਾ ਕੰਗ ਜੀ। ਅੱਛਾ, ਆਪਣੇ ਅੰਚਰਪ੍ਰੀਤ, ਤੁਹਾਡੀ ਨਣਾਨ ਨੇ ਤੁਹਾਨੂੰ ਰੱਜ ਕੇ ਕੁੱਟਿਆ, ਤੁਸੀਂ 2 ਸਾਲ ਰਹੇ ਉੱਥੇ? ਫਿਰ ਪੌਣੇ 2 ਸਾਲ ਰਹੀ ਸਰ ਮੈਂ ਉੱਥੇ। ਤੁਹਾਨੂੰ ਪੁਲਿਸ ਤੋਂ ਮਤਲਬ ਤੁਹਾਨੂੰ ਚਾਰਜ ਕਿਉਂ ਕਰਾਇਆ ਪੁਲਿਸ ਤੋਂ ਨੇ? ਸਰ ਇਹ ਮੈਂ ਤਾਂ ਇਲੀਗਲੀ ਕੰਮ ਕਰਵਾਉਂਦੇ ਸੀਗੇ ਸਰ, ਮੈਨੂੰ ਨੀ ਪਤਾ ਸੀਗਾ ਵੀ, ਮੈਨੂੰ ਤਾਂ ਐਵੇਂ ਸੀਗਾ ਵੀ ਇਹਨਾਂ ਦਾ ਹੀ ਰੈਸਟੋਰੈਂਟ ਆ, ਵੀ ਸ਼ਾਇਦ ਮੈਂ ਇੱਥੇ ਕੰਮ ਕਰ ਸਕਦੀ ਹਾਂ, ਵੀ ਇਹਨਾਂ ਦੇ ਕੰਟਰੈਕਟ ਦੇ ਵਿੱਚ ਆ ਗਈ ਨਾ ਮੈਂ। ਹਾਂ, ਪਰ ਸਰ ਮੈਨੂੰ ਇਹ ਨੀ ਪਤਾ ਸੀ ਵੀ ਸਿਰਫ ਮੈਂ ਘਰ ਘਰੇ ਕੰਮ ਕਰ ਸਕਦੀ ਹਾਂ। ਸਰ ਮੈਂ ਤਾਂ 2 ਸਾਲ ਤੁਸੀਂ ਵਿਆਹੇ ਆਪਣੇ ਹਸਬੈਂਡ ਸੁਖਚੈਨ ਦੇ ਨਾਲ, ਤੇ ਤੁਸੀਂ ਹਾਂਗਕਾਂਗ ਕਿਉਂ ਗਏ ਆ? ਤੁਹਾਡੇ ਹਸਬੈਂਡ ਨੇ ਤੁਹਾਨੂੰ ਸਪਾਂਸਰ ਕਰਨੇ ਸੀ, ਤੁਸੀਂ ਹਾਂਗਕਾਂਗ ਕਿਉਂ ਗਏ ਆ? ਸਰ ਇਹ ਮੈਨੂੰ ਕਹਿੰਦੇ ਵੀ ਤੇ ਰੱਬੀ ਸਾਹਿਬ ਵੀ ਮੇਰਾ ਭਾਈ ਆ ਉਹ ਮੇਰੀ ਨਣਦ, ਕਹਿੰਦੀ ਵੀ ਮੈਂ ਉਹਨੂੰ ਸਪਾਂਸਰ ਕਰਕੇ ਆਪਦੇ ਕੋਲ ਬੁਲਾਉਂਗੀ, ਵੀ ਤੇ ਅਸੀਂ ਉਧਰੋਂ ਤੁਹਾਡੀ ਕੋਰਟ ਮੈਰਿਜ ਕਰਵਾ ਦਾਂਗੇ, ਜਿਵੇਂ ਕਿਸੇ ਵਕੀਲ ਨਾਲ ਗੱਲ ਕੀਤੀ ਆ ਉਧਰ। ਮੈਂ ਤੁਹਾਨੂੰ ਝੂਠ ਬੋਲਿਆ? ਹਾਂਜੀ ਸਰ, ਝੂਠ ਬੋਲ ਕੇ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰਵਾਈ। ਤੁਹਾਡੀ ਨਣਾਨ ਹੈ, ਨਣਾਨ ਦਾ ਨਾਮ ਰਮਨਦੀਪ ਕੌਰ, ਉਹਦੀ ਫੋਟੋ ਹੈ ਤੁਹਾਡੇ ਕੋਲ?
ਫੋਟੋ ਭੇਜੋ ਇੱਕ ਸੈਕਿੰਡ ਦੇ ਵਿੱਚ, ਕੁਇਕ ਐਕਸ਼ਨ ਲਓ, ਫਾਸਟ ਲਓ ਐਕਸ਼ਨ, ਆਪਣੀ ਮਦਰ ਨੂੰ ਕਹੋ ਸਾਨੂੰ ਫੋਟੋ ਭੇਜਣ ਤਾਂ ਕਿ ਦਿਖਾਈਏ ਕਿ ਜਿਸ ਨਾਂ ਨੇ ਤੁਹਾਨੂੰ ਕੁੱਟਿਆ ਆ, ਕੁੱਟਿਆ ਵੀ ਬੁਰੀ ਤਰ੍ਹਾਂ ਕੁੱਟਿਆ ਆ, ਤੇ ਜੋ ਕੁੱਟਦੀ ਸੀ ਤਾਂ ਤੁਹਾਨੂੰ ਵੀਡੀਓਗ੍ਰਾਫੀ ਤੇ ਦਿਖਾਉਣੀ ਸੀ ਆਪਣੀ ਮਾਂ ਨੂੰ ਬਲਜਿੰਦਰ ਕੌਰ ਨੂੰ, ਤੇ ਬਲਜਿੰਦਰ ਕੌਰ ਜੋ ਦੇਖਦੀ ਸੀ ਤਾਂ ਕੀ ਕਹਿੰਦੀ ਸੀ ਹੋਰ ਕੁੱਟ ਇਹਨੂੰ? ਹਾਂਜੀ ਸਰ, ਉਹ ਕਹਿੰਦੀ ਸੀ ਮੈਂ ਐਵੇਂ ਕੁੱਟਾ ਐਵੇਂ ਕੁੱਟਾ, ਤੇ ਸਰ ਜਦੋਂ ਮੈਂ ਆਪਦੇ ਹਸਬੈਂਡ ਨੂੰ ਦੱਸਦੀ ਸੀ ਸਾਰਾ ਕੁਛ ਤਾਂ ਉਹ ਕਹਿੰਦਾ ਸੀਗਾ ਤਾਂ ਕੀ ਹੋ ਗਿਆ, ਮੇਰੀ ਮੰਮੀ ਹੈ, ਮੇਰੀ ਭੈਣ ਆ ਗਈ ਹੈ, ਤੇਰੇ ਪਿਆਰ ਕਰਦੀਆਂ ਤੈਨੂੰ ਤਾਂ ਹੀ ਕੁੱਟਦੀਆਂ ਨੇ, ਆਪਦੇ ਨੂੰ ਹੀ ਕੁੱਟਦੇ ਹੁੰਦੇ ਨੇ। ਚੰਗੀ ਗੱਲ ਹੈ ਕਿ ਪਿਆਰ ਕਰਦਾ, ਪਿਆਰ ਦੇ ਵਿੱਚ ਕੁੱਟਦੇ ਲੋਕ? ਹਾਂਜੀ ਸਰ, ਮੈਨੂੰ ਐਵੇਂ ਕਹਿ ਦਿੰਦੇ ਸੀਗੇ। ਨਹੀਂ ਤੁਹਾਡੇ ਹਸਬੈਂਡ ਕਹਿੰਦੇ ਸੀ ਕੀ ਹੋਇਆ ਕਿ ਕੁੱਟਿਆ ਨਣਾਨ ਜਿਹੜੀ ਇੰਨੀ ਜ਼ਹਿਰੀਲੀ ਨਣਾਨ ਹੈ ਕਿ ਤੁਸੀਂ ਸਾਡੀ ਫੋਟੋ ਭੇਜ ਦਿਓ, ਵੀ ਵਨ ਟੈਲੀਕਾਸਟ, ਲੋਕੋ ਦੱਸਣਾ ਚਾਹੁੰਦੇ ਕਿ ਅਸੀਂ ਨਣਾਨ ਆ ਜਿਹਨੇ ਹਾਂਗਕਾਂਗ ਵਿੱਚ ਚੜ ਕੇ ਸੱਦਿਆ। ਤੁਹਾਡੇ ਤੇ ਦੋਸ਼ ਲਾ ਰਹੇ ਨੇ ਕਿ ਤੁਸੀਂ ਇੱਕ ਚਾਈਨੀਸ ਮੁੰਡੇ ਦੇ ਨਾਲ ਪ੍ਰੀਤ ਪਾਲੇ, ਪ੍ਰੀਤੀ ਇਹ ਟਰੂ ਹੈ? ਨਹੀਂ ਸਰ, ਨਹੀਂ ਸਰ, ਇਹ ਕੁਛ ਵੀ ਇਹਦੇ ਵਿੱਚ ਕੁਛ ਵੀ ਸੱਚ ਨਹੀਂ ਹੈਗਾ ਸਰ। ਉਹ ਚਾਈਨੀ ਮੁੰਡੇ ਦੀ ਰਿਕਾਰਡਿੰਗ ਵੀ ਹੈਗੀ ਹੈ ਸਾਡੇ ਕੋਲ, ਜਦੋਂ ਮੇਰੀ ਨਣਦ ਉਹਦੇ ਨਾਲ ਸਾਰੀ ਗੱਲਬਾਤ ਕਰਕੇ ਆਈ ਹੈ ਜੀ। ਹਾਂ ਹਾਂ, ਤੁਸੀਂ ਇਹ ਵੀ ਉਹ ਚਾਈਨੀ ਮੁੰਡਾ ਇਹ ਕਹਿੰਦਾ ਕਿ ਡੋਂਟ ਵਰੀ ਕਿ ਜਿਹੜੀ ਅੰਚਲ ਹੈ ਸ਼ੀ ਇਜ਼ ਮਾਈਨ, ਉਹਨੇ ਲਫ਼ਜ਼ ਕਿਉਂ ਕਹੇ ਇੰਗਲਿਸ਼ ਦੇ ਵਿੱਚ? ਸਰ ਸਾਨੂੰ ਕੀ ਪਤਾ ਵੀ ਉਹ ਚੀਨਾ ਬੋਲ ਰਿਹਾ ਹੈ ਕੁਝ, ਇਹਨਾਂ ਨੇ ਕਿਸੇ ਹੋਰ ਤੋਂ ਕਰਵਾਈ ਹੈ ਜੀ। ਚੀਨਾ ਸਾਨੂੰ ਤਾਂ ਪਤਾ ਹੋਈ ਬੋਲ ਰਿਹਾ ਕਿ ਪਹਿਲਾਂ ਜਦੋਂ ਗੱਲਬਾਤ ਕਰਦਾ ਆ ਤਾਂ ਉਹ ਤੁਹਾਡੀ ਕਨਵਰਸੇਸ਼ਨ ਦੋਨਾਂ ਦੀ ਸੇਮ ਵੌਇਸ ਆ। ਸਰ ਮੈਂ, ਸਰ ਮੇਰੀ ਤਾਂ ਕੋਈ ਰਿਕਾਰਡਿੰਗ ਹੀ ਨਹੀਂ ਹੈਗੀ ਉਹਦੇ ਨਾਲ ਹੀ। ਡੋਂਟ ਟੈਲ ਮੀ ਯੋਰ ਸਟੋਰੀਜ਼ ਪਲੀਜ਼, ਅਸੀਂ ਇਨਵੈਸਟੀਗੇਟ ਕਰਕੇ ਸਭ ਕੁਝ ਕੀਤਾ ਆ, ਔਰ ਤੁਸੀਂ ਹਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਸਟਾਪ ਇਟ। ਤੁਸੀਂ ਨਾ ਆਪਣੀ 23 ਸਾਲ ਤੋਂ ਉੱਪਰ ਹੋ ਚੁੱਕੇ, ਸਾਡੇ ਕੋਲ ਪੂਰੇ ਹੱਕ ਨੇ ਇਨਵੈਸਟੀਗੇਟ ਕਰਨ ਦੇ, 23 ਸਾਲ ਤੋਂ ਘੱਟ ਹੁੰਦੇ ਅਸੀਂ ਤੁਹਾਨੂੰ ਸਟੋਰੀ ਤੇ ਨਹੀਂ ਸੀ ਲੈ ਕੇ ਆਉਣਾ। ਜਿਹੜੀ ਗੱਲ ਸੱਚ ਹੈ ਸੱਚ ਹੈ, ਇਹ ਸੱਚ ਹੋ ਸਕਦਾ ਤੁਹਾਡੀ ਨਣਾਨ ਨੇ ਤੁਹਾਨੂੰ ਕੁੱਟਿਆ ਹੋਵੇ, ਇਹ ਸੱਚ ਹੈ ਤੁਹਾਡਾ ਸਿਰ ਕੰਧਾਂ ਵਿੱਚ ਮਾਰਦੀ ਹੋਵੇ, ਫਰਸ਼ ਤੇ ਮਾਰਦੀ ਹੋਵੇ ਵੀ ਸੱਚ ਆ, ਤੇ ਵੀਡੀਓ ਗ੍ਰਾਫੀ ਰਾਹੀਂ ਦਿਖਾਉਂਦੀ ਹੋਵੇ ਕਿ ਮੈਂ ਆਪਣੀ ਭਰਜਾਈ ਨੂੰ ਕੁੱਟ ਰਹੀ ਹਾਂ, ਵੀ ਸੱਚ ਹੈ। ਪਰ ਇਹ ਵੀ ਨਾਲ ਸੱਚ ਹੈ ਕਿ ਤੁਸੀਂ ਚਾਈਨੀ ਮੁੰਡੇ ਨਾਲ ਪ੍ਰੀਤ ਪਾਈ ਹੈ, ਚਾਈਨੀ ਮੁੰਡੇ ਨਾਲ ਹੱਕ ਕਰਦੇ ਫੋਟੋ ਤੇ, ਐਂਡ ਯੂ ਟੈਲਿੰਗ ਮੀ ਨੋ ਦੈਟਸ ਨੋਟ ਰਾਈਟ, ਇਟਸ ਨੋਟ ਅਸੈਪਟੇਬਲ ਟੋਟਲੀ ਐਟ ਆਲ। ਤੁਸੀਂ ਆਪਣੀ ਗਲਤੀ ਕੀਤੀ, ਇਹਨੂੰ ਪਛਤਾਵਾ ਹੋਣਾ ਚਾਹੀਦਾ ਤੁਹਾਡਾ। ਐਨੀਵੇ, ਤੁਸੀਂ ਉੱਥੋਂ ਕਿੰਨੇ ਸਾਲ ਬਾਅਦ ਆਏ ਆ? ਮੈਂ ਸਰ ਹਾਂਗਕਾਂਗ ਤੋਂ 5-2 ਸਾਲ ਬਾਅਦ ਆਈ ਹਾਂ ਜੀ। ਤੁਹਾਨੂੰ ਜੇਲ੍ਹ ਵੀ ਜਾਣਾ ਪਿਆ? ਹਾਂਜੀ, ਜੇਲ੍ਹ ਵੀ ਜਾ ਕੇ ਆਈ ਹਾਂ ਜੀ। ਓ ਮਾਈ ਗੋਡ, ਉਹਨਾਂ ਨੇ ਦੇਲ ਤੇ ਹੀ ਉਹਨਾਂ ਨੇ ਮੈਨੂੰ ਬਾਹਰ ਭੇਜਿਆ ਸੀ ਗਈ। ਤੁਹਾਨੂੰ ਜੇਲ੍ਹ ਤੋਂ ਬਾਹਰ ਜਮਾਨਤ ਤੇ ਤੁਸੀਂ ਆਏ ਆ, ਫਿਰ ਜਮਾਨਤ ਤੇ ਆਏ ਤਾਂ ਉਹਨਾਂ ਨੇ ਤੁਹਾਡਾ ਪਾਸਪੋਰਟ ਨਹੀਂ ਹੋਲਡ ਕੀਤਾ ਜਮਾਨ ਦੇਣ ਲੱਗੇ? ਨਹੀਂ ਸਰ, ਪਾਸਪੋਰਟ ਨਹੀਂ। ਉਹਨਾਂ ਨੂੰ ਸਰ ਐਵੇਂ ਕਿਹਾ ਸੀਗਾ ਵੀ ਮੈਂ ਇੰਡੀਆ ਜਾਣਾ, ਵੀ ਮੇਰੇ ਹਸਬੈਂਡ ਨੇ ਕੈਨੇਡਾ ਤੋਂ ਆਉਣਾ, ਮੇਰੇ ਨਾਲ ਕੋਰਟ ਮੈਰਿਜ ਕਰਾਉਣੀ, ਸਾਡੀ ਇੰਗੇਜਮੈਂਟ ਹੋਈ ਵੀ ਹੈ ਸਰ, ਉੱਥੇ ਐਵੇਂ ਸ਼ੋਅ ਕੀਤਾ ਸੀ ਅਸੀਂ ਨਹੀਂ, ਤਾਂ ਉਹਨਾਂ ਨੇ ਮੈਨੂੰ ਬੇਲ ਦਿੱਤੀ ਹੈ, ਨਹੀਂ ਉਹ ਮੈਨੂੰ ਬੇਲ ਨਹੀਂ ਸੀ ਦੇ ਰਹੀ। ਆ ਜਿਹੜੀ ਤੁਹਾਡੀ ਨਣਾਨ ਆ? ਹਾਂਜੀ, ਨਣਾਨ ਦੇ ਨਾਲ ਕੌਣ ਆ? ਉਹਦਾ ਨਣਦੋਈਆ ਜੀ, ਨਣਦੋਈਆ ਇਹ ਨਾ, ਇਹ ਦੋਨੇ ਜਾਣੇ ਨੇ ਗੇ। ਇਹ ਦੋਨੇ ਤਾਂ ਕੁੱਟਦੇ ਸੀ ਸਰ? ਇਹ ਮੈਂ ਨਣਦੋਈਏ ਨੂੰ ਕਹਿੰਦੀ ਸੀ ਤਾਂ ਨਣਦੋਈਏ ਸਰ ਘਰ ਤੋਂ ਬਾਹਰ ਬਾਹਰ ਦਿੰਦਾ ਸੀਗਾ ਵੀ ਮੈਂ ਕੁਛ ਨਹੀਂ ਕਰ ਸਕਦਾ, ਵੀ ਮੈਂ ਆਪਦੀ ਵਾਈਫ ਨੂੰ ਰੋਕ ਨਹੀਂ ਸਕਦਾ। ਮਤਲਬ ਨਣਦੋਈਏ ਦਾ ਕੋਈ ਹੱਕ ਨਹੀਂ ਤੁਹਾਨੂੰ ਡਿਸਟਰਬ ਕਰਨ ਦੇ ਵਿੱਚ? ਸਰ ਇਹਨਾਂ ਦਾ ਹੈਗਾ ਸਰ ਇਹੀ, ਹੁਣ ਸਰ ਮੇਰੇ ਤੇ ਬਲੇਮ ਲਾ ਰਹੇ ਨੇ ਗੇ ਜੀ। ਨਹੀਂ, ਤੁਹਾਡਾ ਨਣਦੋਈਆ ਵੀ ਵਿਕਟਰ, ਮਤਲਬ ਤੁਸੀਂ ਨਣਦੋਈਏ ਦੇ ਵਿਕਟਰ ਨਾਲ ਜਿਹੜਾ ਨਣਦੋਈਆ ਆ ਉਹ ਵੀ ਤੁਹਾਨੂੰ ਪਰੇਸ਼ਾਨ ਕੀਤਾ? ਹਾਂਜੀ ਸਰ। ਹੋਰ ਕੀ ਪਰੇਸ਼ਾਨ ਕੀਤਾ? ਬਦਨਾਮ ਕਰੀਏ ਇਹਨਾਂ ਦੇ ਨਾ ਲਿਖੋ ਆਪਣੇ ਗੁਰਪ੍ਰੀਤ ਜੀ ਨਾ, ਕੀ ਇਸ ਕੁੜੀ ਦਾ ਜਿਹੜੀ ਤੇਰੀ ਨਣਾਨ ਹੈ ਰਮਨਦੀਪ ਕੌਰ?
ਇਹ ਨਾ ਰਮਨਦੀਪ ਕੌਰ ਆ ਮੁੰਡਾ ਜਿਹੜਾ ਕਿ ਜਿਹੜਾ ਲਾਲ ਸ਼ਰਟ ਵਾਲਾ ਇਹ ਤੁਹਾਡਾ ਨਰਦੋਈਆ ਦਾ ਨਾਂ ਕੀ ਆ ਹਾਂਜੀ ਇਹਦਾ ਨਾਮ ਹਰਜੋਤ ਸਿੰਘ ਜੀ ਹਰਜੋਤ ਹਰਜੋਤ ਸਰ ਹਰਜੋਤ ਸਿੰਘ ਆ ਤੁਸੀਂ ਜੋ ਕਹਿ ਰਹੇ ਹੋ ਸੱਚ ਕਹਿ ਰਹੇ ਤੁਸੀਂ ਜ਼ਿੰਮੇਵਾਰ ਹੋਵੋਗੇ ਹਰਜੋਤ ਨੇ ਤੁਹਾਨੂੰ ਬੈਡ ਟੱਚ ਕੀਤਾ ਤੁਹਾਡੇ ਨਾਲ ਬੈਡ ਰਿਲੇਸ਼ਨ ਰੱਖਿਆ ਸਰ ਮੇਰੇ ਕੋਲ ਸਾਰੇ ਪ੍ਰੂਫ ਨੇ ਜਿਹੜੇ ਮੈਨੂੰ ਮੈਸੇਜ ਕਰਦੇ ਸੀ ਕਿਵੇਂ ਕਿਵੇਂ ਕਰਕੇ ਰਿਕਾਰਡਿੰਗ ਭੇਜਦੇ ਸੀ ਇੱਕ ਐਸਾ ਮੈਸੇਜ ਸੁਣਾਓ ਜਿਹੜਾ ਕਿ ਆਮ ਤੁਸੀਂ ਦੱਸ ਸਕਦੇ ਹੋ ਆਪਣੀ ਮਾਂ ਨੂੰ ਦੱਸ ਸਕਦੇ ਹੋ ਭਰਾ ਨੂੰ ਦੱਸ ਸਕਦੇ ਹੋ ਕਿਹੜੀ ਐਸੀ ਇਹਨੇ ਹਰਕਤ ਕੀਤੀ ਜਿਹੜੀ ਕਿ ਤੁਹਾਨੂੰ ਚੁੱਭਦੀ ਆ ਅੱਜ ਦੂਜੇ ਸੁਣਨ ਵਾਲੇ ਨੂੰ ਵੀ ਡਿਸਟਰਬ ਕਰੇਗੀ ਕਿ ਆਹ ਨਰਦੋਈਆ ਆਪਣੀ ਸਾਰੇ ਹਾਰ ਨੂੰ ਆਹ ਸ਼ਬਦ ਬੋਲਦਾ ਆ ਦੱਸੋ ਮੈਨੂੰ ਕੀ ਕਿਹਾ ਸਰ ਵੀ ਇਹ ਮੈਂ ਤੈਨੂੰ ਪੈਸੇ ਦੇ ਦਿੰਦਾ ਗਾ ਤੂੰ ਮੈਨੂੰ ਪਸੰਦ ਕਰਦੀਆਂ ਤੇ ਮੈਂ ਤੈਨੂੰ ਪਸੰਦ ਕਰਦਾ ਐਵੇਂ ਦੇ ਸਰ ਇਹ ਤੁਹਾਡੇ ਕੋਲ ਰਿਕਾਰਡਿੰਗ ਹੈਗੀ ਆ ਮੈਸੇਜ ਹੈਗੇ ਆ ਹਾਂਜੀ ਹੈਗੇ ਨੇ ਸਰ ਜੀ ਸ਼ੋਅਰ ਹੈ ਕਿ ਇਹਨਾਂ ਦੇ ਟੈਲੀਫੋਨ ਤੋਂ ਆ ਹਾਂਜੀ ਸਰ ਨੰਬਰ ਸ਼ੋਅ ਹੁੰਦਾ ਜੀ ਤੇ ਤੁਸੀਂ ਫਿਰ ਉਹਦਾ ਜਵਾਬ ਕੀ ਦਿੰਦੇ ਸੀ ਟੈਕਸਟ ਮੈਸੇਜ ਦਾ ਸਰ ਮੈਂ ਉਹ ਵੀ ਮੇਰੇ ਕੋਲ ਆਏਗਾ ਸਰ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਡੈਡੀ ਦੀ ਉਮਰ ਦੇ ਵੀ ਮੈਂ ਤੁਹਾਨੂੰ ਆਪਦੇ ਬਾਪਾ ਵਾਂਗੂ ਟ੍ਰੀਟ ਕਰਦੀ ਆਂਗੀ ਹਾਂ ਹਾਂ ਪਰ ਫਿਰ ਵੀ ਸਰ ਇਹਨਾਂ ਨੇ ਉਵੇਂ ਮੈਨੂੰ ਮੈਸੇਜ ਕਰਨੇ ਮਤਲਬ ਤੁਹਾਨੂੰ ਇਹ ਆਪਣੀ ਮਤਲਬ ਪਿਆਰ ਦੇ ਜਾਲ ਦੇ ਵਿੱਚ ਫਸਾਉਣਾ ਚਾਹੁੰਦਾ ਸੀ ਹਾਂਜੀ ਸਰ ਜਦੋਂ ਸਰ ਇਹਨਾਂ ਦਾ ਉਹ ਨਹੀਂ ਹੋਇਆ ਤਾਂ ਫਿਰ ਸਰ ਇਹਨਾਂ ਨੇ ਮੇਰੇ ਨਾਲ ਚੀਨੇ ਦਾ ਇਲਜ਼ਾਮ ਲਗਾਤਾ ਜੀ ਅੱਛਾ ਫਿਰ ਤੇ ਤੁਸੀਂ ਦੱਸਿਆ ਸੀ ਆਪਣੇ ਨਨਾਣ ਨੂੰ ਕਿ ਆ ਦੇਖ ਲਓ ਭਾਜੀ ਕੀ ਕਰਦੇ ਮੈਨੂੰ ਇੱਦਾਂ ਦੀ ਗੱਲਾਂ ਕਹਿੰਦੇ ਆ ਸਰ ਸਾਰਾ ਕੁਝ ਦੱਸਿਆ ਸੀਗਾ ਮੇਰੀ ਨਨਾਣ ਨੂੰ ਕਿਹਾ ਸੀਗਾ ਮੈਨੂੰ ਕਹਿੰਦੇ ਤੂੰ ਹੀ ਗਲਤ ਹੋਏਗੀ ਤਾਂ ਹੀ ਐਵੇਂ ਕਰਦਾ ਓ ਮਾਈ ਗੋਡ ਤੁਸੀਂ ਘਰ ਦੇ ਵਿੱਚ ਕਿੱਦਾਂ ਰਹਿੰਦੇ ਸੀਗੇ ਤੁਹਾਨੂੰ ਡਰ ਨਹੀਂ ਸਕਦਾ ਸਰ ਲੱਗਦਾ ਸੀ ਸਰ ਮੈਂ ਆਪਣੇ ਹਸਬੈਂਡ ਨੂੰ ਬਹੁਤ ਕਹਿੰਦੀ ਸੀ ਵੀ ਇੱਦਾਂ ਤਾਂ ਮੈਨੂੰ ਇੰਡੀਆ ਹੀ ਭੇਜ ਦਿਓ ਕਿਉਂਕਿ ਮੰਮੀ ਡੈਡੀ ਨਾਲ ਗੱਲ ਨਹੀਂ ਸੀ ਕਰਨ ਦਿੰਦੇ ਵੀ ਇੱਦਾਂ ਤਾਂ ਮੈਨੂੰ ਇੰਡੀਆ ਭੇਜ ਦਿਓ ਵੀ ਮੈਂ ਇੱਥੇ ਰਹਿਣਾ ਨਹੀਂ ਹੈਗਾ ਪਰ ਸਰ ਉਹ ਕਹਿੰਦਾ ਸੀ ਕੋਈ ਗੱਲ ਨੀ ਥੋੜਾ ਜਿਹਾ ਟਾਈਮ ਰੁਕ ਮੈਂ ਆਊਂਗਾ ਫਿਰ ਮੈਂ ਤੈਨੂੰ ਲੈ ਕੇ ਜਾਊਂਗਾ ਤੇ ਸਰ ਆਉਣ ਤੋਂ ਮਹੀਨੇ ਥੋੜੇ ਕੁ ਦਿਨ ਪਹਿਲਾਂ ਤਾਂ ਸਰ ਇਹਨਾਂ ਨੇ ਮੈਨੂੰ ਜੇਲ੍ਹ ਕਰਾਤੀ ਤੇ ਉਸ ਤੋਂ ਬਾਅਦ ਸਰ ਫਿਰ ਮੇਰੇ ਤੇ ਆਹ ਬਲੇਮ ਲਾ ਕੇ ਮੈਨੂੰ ਕਹਿੰਦੇ ਹੁਣ ਤੈਨੂੰ ਰੱਖਣਾ ਨੀ ਅਸੀਂ ਜੇਲ੍ਹ 'ਚ ਕਿੰਨਾ ਚਿਰ ਤੁਹਾਨੂੰ ਰਹਿਣਾ ਪਿਆ ਸਰ 4-5 ਦਿਨ ਰਹਿ ਕੇ ਆਈ ਹਾਂ ਮੈਂ ਉੱਥੇ ਉਸ ਜੇਲ੍ਹ ਵਿੱਚ ਹੋਰ ਵੀ ਪੰਜਾਬੀ ਬੰਦ ਸੀ ਨਹੀਂ ਸਰ ਉੱਥੇ ਹੋਰ ਕੰਟਰੀਆਂ ਦੀਆਂ ਸੀਗੀਆਂ ਜੀ ਓ ਮਾਈ ਗੋਡ ਕਿੰਨਾ ਔਖਾ ਹੋਣਾ ਜੇਲ੍ਹ ਦੇ ਵਿੱਚ ਰਹਿਣਾ ਇੰਡੋਨੇਸ਼ੀਅਨ ਹਾਂਜੀ ਐਨਵੈਸੀ ਹੁਣ ਕੁਝ ਵੀ ਨਹੀਂ ਸੀ ਸਰ ਤੁਸੀਂ ਬੇਟਾ ਦੱਸੋ ਕਿ ਦੋ ਬੱਚਿਆਂ ਦੀ ਤੁਸੀਂ ਮਾਂ ਬਣਨਾ ਸੀ 18-19 ਸਾਲ ਦੀ ਉਮਰ ਦੇ ਵਿੱਚ ਜਿਹੜਾ ਕਿ ਤੁਹਾਡੇ ਨਾਲ ਜ਼ਬਰਦਸਤੀ ਕਰਕੇ ਤੁਹਾਡਾ ਅਬੋਰਸ਼ਨ ਕਰਾਇਆ ਮੈਨੂੰ ਬੜਾ ਦੁੱਖ ਹੈ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਵੱਡਾ ਦੁੱਖ ਬੇਟਾ ਇਹ ਆ ਕਿ ਤੁਹਾਡੇ ਘਰ ਤੋਂ ਹੀ ਇਹ ਕਹਾਣੀ ਸਾਰੀ ਵਿਗੜੀ ਹੈ ਤੁਹਾਡੀ ਮਾਂ ਨੂੰ ਲਾਲਚ ਸੀਗਾ ਕਿ ਸਾਡੀ ਧੀ ਕਨੇਡਾ ਚੱਲ ਜਾਊਗੀ ਕਨੇਡਾ ਨੇ ਹੀ ਇਹ ਸਾਰਾ ਕੁਛ ਤੁਹਾਡੀ ਜ਼ਿੰਦਗੀ ਨੂੰ ਖਰਾਬ ਕੀਤਾ ਬਰਬਾਦ ਕੀਤਾ ਪੈਸੇ ਲਟਾਏ ਇੱਜ਼ਤ ਲਟਾਈ ਗੱਲਾਂ ਕਰਾਈਆਂ ਔਰ ਜ਼ਿੰਦਗੀ ਨੂੰ ਬਰਬਾਦ ਕੀਤਾ ਹੁਣ ਜਿਹੜੇ ਘਰ ਜਾਊਂਗੀ ਪਤਾ ਨਹੀਂ ਕਿਹੋ ਜਿਹਾ ਤੈਨੂੰ ਘਰ ਵਾਲਾ ਮਿਲੂਗਾ ਤੈਨੂੰ ਸਾਰੀ ਉਮਰ ਉਹਦੀ ਗੱਲ ਸੁਣਨੀ ਪਊਗੀ ਉਹਨੂੰ ਸਭ ਕੁਝ ਦੱਸਣਾ ਪਊਗਾ ਲੁਕਾਊਗੀ ਤਾਂ ਦੁਬਾਰਾ ਫਿਰ ਉਹਦੇ ਸਾਹਮਣੇ ਕੁਛ ਨਾ ਕੁਛ ਆ ਜਾਊਗਾ ਇਹ ਬੇਟਾ ਸਭ ਕੁਝ ਜੋ ਕੁਛ ਹੋਇਆ ਇਹ ਅਸਲੀ ਜਿਹੜੀ ਕਹਾਣੀ ਵਿਗੜੀ ਆ ਇਹ ਤੁਹਾਡੇ ਘਰ ਤੋਂ ਵਿਗੜੀ ਆ ਅਸੀਂ ਕਿਸੇ ਨੂੰ ਦੋਸ਼ ਕੀ ਦਈਏ ਜਾਂ ਘਰ ਦਾ ਹੀ ਮਾੜਾ ਪਾਂਡਾ ਹੋਵੇ ਘਰ ਦਾ ਹੀ ਵਿਅਕਤੀ ਮਾੜਾ ਹੋਵੇ ਤਾਂ ਦੂਜੇ ਨੂੰ ਕੀ ਬਗਾਨੇ ਨੂੰ ਕੀ ਕਹੀਏ ਤੁਹਾਡੀ ਮਾਂ ਦਾ ਕਸੂਰ ਆ ਇੱਕ ਪੜ੍ਹੀ ਲਿਖੀ ਹੋਵੇ ਇੱਕ ਟੀਚਰ ਕਹਾਉਂਦੀ ਹੋਵੇ ਉਹਨੂੰ ਕਿਹੜੀ ਐਸੀ ਮੈਂ ਹੁਣ ਕੀ ਕਹਾਂ ਤੇ ਨਾ ਕਹਾਂ ਕਾਲੀ ਸੀ ਕਿ ਤੇਰੀ ਜ਼ਿੰਦਗੀ ਬਰਬਾਦ ਕਰ ਦਿੰਦੀ ਇਹਦੇ ਨਾਲ ਤੈਨੂੰ ਕਿਸੇ ਖੂਹ 'ਚ ਟੁੱਠੇ ਖੂਹ 'ਚ ਧੱਕਾ ਦੇ ਦਿੰਦੀ ਚੰਗਾ ਸੀ ਤੇਰੀ ਨਾ ਜ਼ਿੰਦਗੀ ਬਰਬਾਦ ਕਰਦੀ ਤੇਰੀ ਮਾਂ ਜ਼ਿੰਮੇਵਾਰ ਆ ਹੋਲਡ ਰੱਖੋ ਅਸੀਂ ਪਬਲਿਕ ਨੂੰ ਪੁੱਛਦੇ ਪਬਲਿਕ ਕੀ ਕਹਿਣਾ ਚਾਹੁੰਦੀ ਆ ਜੀ ਰਾਜਨ ਜੀ ਪਹੁੰਚ ਚੁੱਕੇ ਨੇ ਜੀ ਸਟੂਡੀਓ ਹਾਂਜੀ ਰਾਜਨ ਜੀ ਨਾਲ ਬਹੁਤ ਜਲਦੀ ਗੱਲਬਾਤ ਕਰ ਰਾਜਨ ਜੀ ਕੱਪੜੇ ਲੈ ਕੇ ਆਏ ਨੇ ਜਿਹੜੇ ਕਿ ਅੱਜ ਤੁਹਾਨੂੰ ਸਾਰਿਆਂ ਨੂੰ ਕੱਪੜੇ ਅਸੀਂ ਵੇਚ ਦੇਣੇ ਆ ਇੰਨੇ ਸਸਤੇ ਆ ਹੁਣ ਅਸੀਂ 5 ਮਿੰਟ ਲਈ ਟਾਈਮ ਸ਼ੋਅ ਕਰਨਾ ਚਾਹਾਂਗੇ
ਪਬਲਿਕ ਓਪੀਨੀਅਨ ਕਿ 17 ਸਾਲ ਦੀ ਉਮਰ ਦੇ ਵਿੱਚ ਬੱਚੇ ਦਾ ਵਿਆਹ ਕਰ ਲੈਣਾ, ਉਸ ਤੋਂ ਬਾਅਦ ਦੋ ਬੱਚਿਆਂ ਨੂੰ ਜਨਮ ਦੇਣਾ ਤਾਂ ਉਹਦਾ ਅਬੋਰਸ਼ਨ ਕਰ ਲੈਣਾ, ਸੱਸ ਨੇ ਜ਼ਬਰਦਸਤੀ ਟੀਕਾ ਲਵਾਉਣਾ ਡਾਕਟਰ ਤੋਂ, ਇਹ ਲੋਕ ਕਿੰਨਾ ਸੱਚ ਮੰਨਦੇ ਨੇ, ਕਿੰਨਾ ਝੂਠ। ਅਫਸਰ ਨੂੰ ਕਾਲ ਕਰੋ ਕਿ ਆਉਣ ਵਾਲੇ ਸਮੇਂ ਵਿੱਚ ਮਾਵਾਂ ਨੂੰ ਪਰਿਵਾਰਾਂ ਨੂੰ ਸਮਝਾਈਏ ਕਿ ਆਪਣੀਆਂ ਧੀਆਂ ਨੂੰ ਕਦੇ ਵੀ ਇਸ ਉਮਰ ਦੇ ਵਿੱਚ ਨਾ ਵਿਆਹੋ ਕੈਨੇਡਾ ਦੀ ਖਾਤਰ। ਆਓ ਅਸੀਂ ਕੁਝ ਵਿਚਾਰ ਲੈਣੇ ਚਾਹੁੰਦੇ ਹਾਂ। ਕੋਈ ਐਸੀ ਮੇਰੀ ਭੈਣ, ਕੋਈ ਮਾਤਾ, ਕੋਈ ਭਰਾ, ਕੋਈ ਸਾਡਾ ਸਤਿਕਾਰਯੋਗ ਕਾਲਰ ਹੈ ਜਿਸਨੇ ਇਹ ਸਟੋਰੀ ਸੁਣੀ ਆ, ਤਾਂ ਕੀ ਕਹਿਣਾ ਚਾਹੁੰਦਾ? ਜੋ ਸਾਡਾ ਰੋਲ ਸੀ ਸਾਡੀ ਸਟੋਰੀ ਤੋਂ ਬਾਅਦ ਪੁਲਿਸ ਨੇ ਚਾਰਜਸ ਲਾਏ, ਪਹਿਲਾਂ ਪੁਲਿਸ ਚਾਰਜਸ ਨਹੀਂ ਸੀ ਲਾਉਂਦੀ ਜਦੋਂ ਸਟੋਰੀ ਕਵਰ ਕੀਤੀ ਆ, ਇਹ ਮਾਂ ਨੇ ਦੱਸਿਆ ਜੀ ਨੇ। ਉਸ ਤੋਂ ਬਾਅਦ ਮਾਂ ਅਤੇ ਪੇ ਇਹ ਦੋਨੇ ਜਾਣੇ, ਜਿਹੜਾ ਮੁੰਡਾ ਆ ਅਤੇ ਇਹਦੀ ਮਾਂ ਆ, ਇਹ ਦੋਨੇ ਜਾਣੇ ਅਤੇ ਚਾਰਜਸ਼ੀਟ ਆ ਪੀ ਓ ਕਰਾਰ ਨੇ, ਅਤੇ ਜਦੋਂ ਵੀ ਜਾਣਗੇ ਅਰੈਸਟ ਹੋਣਗੇ ਅਤੇ ਇਹਨਾਂ ਨੂੰ PCC ਨਹੀਂ ਮਿਲੇਗੀ। ਜੋ ਮੈਂ ਕਰ ਸਕਦਾ ਉਹ ਮੈਂ ਕੀਤਾ ਆ। ਆਓ ਹੁਣ ਅਸੀਂ ਪਬਲਿਕ ਓਪੀਨੀਅਨ ਚਾਹਾਂਗੇ ਸਰ 5 ਮਿੰਟ ਲਈ। ਤੁਸੀਂ ਸਟੋਰੀ ਸੁਣਿਆ, ਇਹਦੇ ਵਿੱਚ ਤੁਹਾਡੇ ਮੁਤਾਬਕ ਗੁੱਡੀ ਦੀ ਮਾਂ ਨੂੰ ਸ਼ਾਦੀ ਨਹੀਂ ਸੀ ਕਰਨੀ ਚਾਹੀਦੀ, ਮੇਰੀ ਓਪੀਨੀਅਨ ਇਹ ਹੈ। ਤੁਹਾਡਾ ਕੀ ਖਿਆਲ ਹੈ ਕਿ ਲੋਕ ਜਿਹੜੇ ਨੇ ਕੈਨੇਡਾ ਦੀ ਖਾਤਰ ਆਪਣੀਆਂ ਧੀਆਂ ਦਾ ਕਈ ਵਾਰੀ ਮੁੱਲ ਲੈਂਦੇ ਨੇ ਅਤੇ ਕਈ ਵਾਰੀ ਆਪਣੀ ਧੀਆਂ ਦੀ ਜ਼ਿੰਦਗੀ ਨੂੰ ਬਰਬਾਦ ਕਰਦੇ ਨੇ? ਤੂੰ ਸੁਣ ਲਿਆ ਜੋ ਕੁਛ ਹੋਇਆ। ਹਰ ਦੀ ਧੀ ਜਿਹੜੀ ਹੈ ਉਹਦਾ ਮੈਂ ਸਤਿਕਾਰ ਕਰਦਾ ਅਤੇ ਉਹਦਾ ਮੈਂ ਦੁੱਖ ਆਪਣੇ ਪਿੰਡ 'ਤੇ ਹੰਡਾਉਂਦਾ ਕਿ ਕਿਸੇ ਧੀ ਨੂੰ ਕਦੇ ਵੀ ਜ਼ਿੰਦਗੀ ਵਿੱਚ ਇੰਨਾ ਦੁੱਖ ਨਾ ਦਿੱਤਾ ਜਾਵੇ ਜਿੰਨਾ ਇਹਨੂੰ ਦੁੱਖ ਦਿੱਤਾ। ਇਹਦੀ ਸੱਸ ਨੇ, ਘਰ ਵਾਲੇ ਨੇ, ਨਣਾਨ ਨੇ, ਨਣਦੋਈਏ ਨੇ, ਪਰ ਦੂਜਾ ਦੁੱਖ ਇਹਦੀ ਮਾਂ ਨੇ ਵੀ ਦਿੱਤਾ ਜੇ ਨੇ, ਇੰਨੀ ਛੋਟੀ ਉਮਰ ਵਿੱਚ ਕੁੜੀ ਨੂੰ ਵਿਆਹਿਆ। ਆਓ ਸਾਨੂੰ ਕਾਲ ਕਰੋ, ਤੁਹਾਡੇ ਵਿੱਚ ਕੋਈ ਵੀ ਹੈ ਨਹੀਂ ਐਸੀ ਮਾਂ, ਕੋਈ ਭੈਣ ਜੋ ਹਮਦਰਦੀ ਰੱਖਦੀ ਹੋਵੇ ਇਸ ਕੁੜੀ ਨਾਲ? ਇਹ ਤਾਂ ਬੱਚਾ ਸੀਗਾ, ਭੋਲੀ ਸੀ ਕੁੜੀ, 17 ਸਾਲ ਬੱਚੇ ਨੂੰ ਕੀ ਪਤਾ ਹੁੰਦਾ, ਜਿੱਦਾਂ ਮਰਜ਼ੀ ਤੌਰ 'ਤੇ ਬੱਚਾ ਸਿਰ ਗੱਲ ਸੁਣ ਲੈਂਦਾ। ਬੱਚਾ ਜ਼ਿੰਦਗੀ ਦਾ ਫੈਸਲਾ ਨਹੀਂ ਲੈ ਸਕਦਾ 17 ਸਾਲ ਦੀ ਉਮਰ ਦੇ ਵਿੱਚ, ਪਰ ਇਸ ਬੱਚੇ ਦੇ ਵਾਸਤੇ ਇਹਦਾ ਵਿਆਹ ਕਰ ਦੇਣਾ ਕਿਹਨਾਂ ਹਾਲਾਤਾਂ ਵਿੱਚ ਕੀਤਾ? ਆਓ ਸਾਨੂੰ ਕਾਲ ਕਰੋ, ਤੁਹਾਡੀ ਕਾਲ ਦੀ ਉਡੀਕ ਵਿੱਚ। ਸਾਡਾ ਨੰਬਰ ਹੈ 416-902-7500 ਜਾਂ 416-785-0680, ਤੇ ਸਾਨੂੰ ਕਾਲ ਕਰੋ। ਕਾਲ ਦੀ ਉਡੀਕ ਵਿੱਚ ਆ ਗੁਰਭੇਜ ਜੀ, ਥੋੜ੍ਹਾ ਜਿਹਾ ਗੱਲ ਕਰੋਗੇ ਕਿ ਤੁਹਾਡੇ ਵਿਚਾਰ ਆਉਣੇ ਬਹੁਤ ਜ਼ਰੂਰੀ ਆ ਕਿ ਇਸ ਵੇਲੇ ਇਹਨਾਂ ਹਾਲਾਤਾਂ ਵਿੱਚ ਹੀ ਹੁਣ ਅਸੀਂ ਕੀ ਕਰੀਏ, ਕੀ ਇਹਨਾਂ 'ਤੇ ਪਰਚਾ ਦਰਜ ਕਰਾਈਏ ਕਿ ਦੋ ਬੱਚੇ ਜਿਹੜੇ ਪੇਟ ਵਿੱਚ ਸੀ, 3 ਮਹੀਨੇ ਦੇ ਟਵਿਨ ਸਨ, ਜਿਹਨਾਂ ਦਾ ਅਬੋਰਸ਼ਨ ਕਰਾ ਕੇ ਬੱਚਿਆਂ ਦਾ ਜ਼ਿੰਦਗੀ ਵਿੱਚੋਂ ਉਹਨਾਂ ਦਾ ਕਤਲ ਕਰ ਦੇਣਾ? ਕਤਲ ਹੀ ਕਰਨਾ ਬੱਚੇ ਦਾ, ਕਿੱਡਾ ਵੱਡਾ ਪਾਪ ਕਮਾਇਆ। ਮੈਂ ਤੁਹਾਡੀ ਕਾਲ ਦੀ ਉਡੀਕ ਵਿੱਚ ਆ, ਸਾਡੀ ਕੋਈ ਨਾ ਕੋਈ ਭੈਣ ਸਾਨੂੰ ਜ਼ਰੂਰ ਕਾਲ ਕਰੇ। ਤੁਸੀਂ ਕਿੰਨੀਆਂ ਭੈਣਾਂ ਸੁਣ ਰਹੀ ਆ, ਕਿੰਨੇ ਭਰਾ ਸੁਣ ਰਹੇ ਆ, ਤੁਸੀਂ ਸਲਾਹ ਦਿਓ ਮਾਵਾਂ ਨੂੰ ਕਿ ਕਦੇ ਵੀ ਆਪਣੀ ਬੱਚੀ ਦਾ ਵਿਆਹ 17 ਸਾਲ ਦੀ ਉਮਰ ਵਿੱਚ ਨਾ ਕਰੋ ਕੈਨੇਡਾ ਦੀ ਖਾਤਰ। ਹਾਂਜੀ ਸਰ, ਮੈਂ ਦੱਸਣਾ ਚਾਹੁੰਦੀ ਹਾਂ ਵੀ ਮੇਰਾ ਵਿਆਹ ਕੈਨੇਡਾ ਕਰਕੇ ਨਹੀਂ ਹੋਇਆ ਸੀ। ਮੇਰੇ ਪਹਿਲਾਂ ਮੇਰੀ ਆਈਲੈਟਸ ਕੀਤੀ ਹੋਈ ਸੀ ਸਰ, ਮੇਰੇ 6 ਬੈਂਡ ਆਏ ਹੋਏ ਸੀਗੇ, ਇਹਨਾਂ ਨੇ ਮੇਰਾ ਰਿਸ਼ਤਾ ਆਈਲੈਟਸ ਕਰਕੇ ਲਿਆ ਸੀਗਾ ਜੀ। ਇਹਨਾਂ ਨੇ ਲਿਆ ਸੀਗਾ ਵੀ ਸਾਡਾ ਮੁੰਡਾ ਇਹਦੇ ਨਾਲ ਚੱਲਿਆ ਜਾਊ। ਅੱਛਾ, ਇਹਨਾਂ ਨੇ ਲਿਆ ਸੀ, ਪਰ ਜੇ ਇਹਨਾਂ ਨੇ ਲਿਆ ਸੀ ਤੁਸੀਂ ਫਿਰ ਕਿਉਂ ਨਹੀਂ ਗਏ, ਤੁਸੀਂ ਕਿਉਂ ਆਪਣੇ ਹਸਬੈਂਡ ਭੇਜਿਆ? ਸਰ ਇਹਨਾਂ ਨੇ ਮੇਰੀ ਫਾਈਲ ਮੈਨੂੰ ਕਹਿੰਦੇ ਵੀ ਸਾਡਾ ਮੁੰਡਾ ਵੀ ਆਈਲੈਟਸ ਕਰੂਗਾ ਵੀ ਤੁਸੀਂ ਇਕੱਠੇ ਦੋਨੇ ਜਾਣੇ ਚਲੇ ਜਾਇਓ। ਪਹਿਲਾਂ ਤਾਂ ਇਹਨਾਂ ਨੇ ਐਵੇਂ ਕਹਿ ਕੇ ਲੈ ਲਿਆ ਵੀ ਸਰ ਤੁਹਾਡੀ ਕੁੜੀ ਲੈ ਜੂਗੀ ਸਾਡੇ ਮੁੰਡੇ ਨੂੰ। ਫਿਰ ਇਹ ਕਹਿੰਦੇ ਵੀ ਥੋੜੀ ਵੇਟ ਕਰ ਲੈਂਦੇ ਹਾਂ ਵੀ ਚੱਲ ਮੁੰਡਾ ਆਈਲੈਟਸ ਕੱਢ ਲੂਗਾ ਵੀ ਚੱਲ ਫਿਰ ਤੁਸੀਂ ਨਾਲ ਵਗ ਜਿਓ, ਦੋਨੇ ਇਕੱਠੇ ਵਗ ਜਿਓ ਉੱਥੇ। ਨਾ ਫੀਸ ਤਾਂ ਮੁੰਡੇ ਫੀਸ ਹੀ ਤਾਂ, ਜੇ ਇੱਦਾਂ ਸੀ ਤਾਂ ਫੀਸ ਮੁੰਡੇ ਦੀ ਤਾਂ ਤਾਰੀ ਆ ਤੁਹਾਡੀ ਮਦਰ ਨੇ। ਸਰ ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ ਸਰ,
ਪਹਿਲੀ ਵਾਰ ਸਰ ਇਥੋਂ ਨਿਕਲੀ ਨੀ, ਦੂਜੀ ਵਾਰ ਸਰ ਇਥੋਂ ਨਿਕਲਿਆ ਹੀ, ਜਦ ਨੂੰ ਸਰ ਇਹਦੀ ਆਈਲੈਟਸ ਨਿਕਲੀ ਮੇਰੀ ਸਰ ਪਹਿਲਾਂ ਹੀ ਫੀਸ ਭਰੀ ਹੋਈ ਸੀ ਮੇਰੇ ਘਰਦਿਆਂ ਨੇ। ਨੀ ਤੁਹਾਡੀ ਫੀਸ ਭਰੀ ਹੋਈ ਸੀ ਤਾਂ ਮੁੰਡੇ ਦੀ ਵੀ ਫੀਸ ਵੀ, ਤੁਸੀਂ ਵੀ ਕਿਉਂ ਨੀ ਗਏ? ਸਰ ਇਹਨਾਂ ਨੇ ਰੋਕ ਤਾਂ ਸੀ ਨਾ ਜੀ, ਮੈਨੂੰ ਕਹਿੰਦੇ ਵੀ ਤੂੰ ਇਹਨੂੰ ਹਲੇ ਇੱਥੇ ਪ੍ਰੋਸੈਸਿੰਗ ਨੂੰ ਰੋਕ ਦੇ ਵੀ ਮੁੰਡਾ ਸਾਡਾ ਆਈਲੈਟਸ ਕਰੋ, ਤੁਸੀਂ ਦੋਨੇ ਇਕੱਠੇ ਵਗ ਰਹੇ ਹੋ। ਇੱਕ ਮਿੰਟ ਵਾਸਤੇ ਹੁਣ ਮੈਂ ਜਿਹੜੇ ਸਾਡੇ ਸੁਣਨ ਵਾਲੇ ਸੋਤੇ ਨੇ ਸਾਡੀਆਂ ਭੈਣਾਂ ਨੇ ਕਾਇੰਡਲੀ ਕਾਲ ਕਰਨ ਸਾਨੂੰ ਕਿ ਇਹ ਜਿਹੜਾ ਕੇਸ ਆ ਤੁਹਾਨੂੰ ਕਿਵੇਂ ਲੱਗਾ, ਪਲੀਜ਼ ਕਾਲ ਕਰੋ। ਸਭ ਧੀਆਂ ਵਾਲੇ ਨੇ, ਆਓ ਆਪਾਂ ਆਪਣੇ ਸਮਾਜ ਦੇ ਵਿੱਚ ਤਬਦੀਲੀ ਲੈ ਕੇ ਆਈਏ। ਕੋਈ ਵੀ ਭੈਣ ਕਾਲ ਕਰਨ ਨੂੰ ਤਿਆਰ ਨਹੀਂ, ਮੈਂ ਹੈਰਾਨ ਹਾਂ ਕਿਉਂ ਨਹੀਂ ਤੁਸੀਂ ਕਾਲ ਕਰਦੇ ਇਸ ਦੁੱਖ ਦੇ ਵਿੱਚ। ਆਓ ਅਸੀਂ ਪਹਿਲੀ ਕਾਲ ਲੈ ਰਹੇ ਹਾਂ ਔਰ ਸਮਾਂ ਸਾਡੇ ਕੋਲ 5 ਮਿੰਟ ਦਾ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨੰਬਰ ਬੰਦ ਕਰੋ ਲਾਈਨ ਤੇ ਆਪ ਜੀ। ਜੇ ਤੁਸੀਂ ਕਾਲ ਕਰਦੇ ਹੋ ਤੁਸੀਂ ਬੋਲਿਆ ਕਰੋ, ਸਾਡੀ ਬੇਨਤੀ ਹੈ। ਸਾਡਾ ਨੰਬਰ ਹੈ 416-972-7500 ਜਾਂ 416-785-0680। ਤਾਂ ਸਾਨੂੰ ਕਾਲ ਕਰੋ ਅਤੇ ਕਾਲ ਸਿਰਫ ਅਸੀਂ ਇੱਕ ਦੋ ਕਾਲ ਜਿਹੜੇ ਸਾਡੇ ਕੋਲ ਸਮਾਂ ਬੜਾ ਘੱਟ ਹੈ। ਹਾਂਜੀ, ਨੰਬਰ 4 ਕਾਲਰ ਬੋਲੋ ਜੀ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਵੱਡਾ ਜਿਹੜਾ ਕੁਕਰਮ ਕੀਤਾ, ਜਿਹੜਾ ਬੱਚਿਆਂ ਨੂੰ ਦੇਖੋ ਕਿੱਦਾਂ ਉਹਨਾਂ ਨੇ ਜਿਹੜਾ ਕਤਲੀ ਕਰ ਦਿੱਤਾ ਜਿੱਦਾਂ ਤੁਸੀਂ ਕਹਿੰਦੇ, ਬਿਲਕੁਲ ਉਹਨਾਂ ਦੇ ਉੱਤੇ ਜੀ ਕਾਰਵਾਈ ਹੋਣੀ ਚਾਹੀਦੀ ਹੈ। ਕੁੜੀ ਵਿਚਾਰੀ ਭੋਲੀ ਫਸ ਗਈ ਹੋ ਕਈ ਵਾਰੀ ਅੰਬਰ। ਅੱਛਾ, ਜਿਹੜੀਆਂ ਸਾਡੀਆਂ ਲੇਡੀਜ਼ ਆ ਹੁਣ ਭੈਣਾਂ ਇੱਥੇ ਬੈਠੀਆਂ ਹਜ਼ਾਰਾਂ ਸੁਣ ਰਹੀਆਂ ਆ, ਉਹ ਕਾਹ ਤਾਂ ਨਹੀਂ ਵਿਚਾਰ ਰੱਖਦੀਆਂ? ਮੈਨੂੰ ਸਮਝ ਆਉਂਦੀ ਕਿ ਉਹਨਾਂ ਨੂੰ ਸ਼ੰਕਾ ਦੀ ਹੈ, ਉਹ ਕਿਉਂ ਨਹੀਂ ਕਹਿੰਦੀ ਕਿ ਮਾਮਾ ਨੂੰ ਆਪਣੀਆਂ ਧੀਆਂ ਨੂੰ ਨਹੀਂ ਤੋੜਨਾ ਚਾਹੀਦਾ 17 ਸਾਲ ਦੀ ਉਮਰ ਵਿੱਚ? ਕਾਹ ਤਾਂ ਨਹੀਂ ਲੋਕ ਕਹਿੰਦੇ? ਮੈਂ ਹੈਰਾਨ ਹਾਂ ਲੋਕਾਂ ਤੋਂ। ਦੂਜੇ ਘਰ ਵਿੱਚ ਜਿਹੜੀ ਅੱਗ ਲੱਗੀ ਆ ਉਹ ਅੱਗ ਨਹੀਂ ਸਮਝਦੀਆਂ ਮੇਰੇ ਲੋਕ। ਮੈਨੂੰ ਲੱਗਦਾ ਕਿ ਇੱਕ ਔਰਤ ਦੀ ਦੁਸ਼ਮਣ ਐਸ ਸਾਬਤ ਕੀਤਾ ਆ। ਆਮ ਤੌਰ ਤੇ ਕਹਿੰਦੇ ਆ ਕਿ ਔਰਤ ਨੂੰ ਕੁਛ ਹੋਵੇ ਦੂਜੀ ਔਰਤ ਜਿਹੜੀ ਆ ਉਹ ਕੇਅਰ ਨਹੀਂ ਕਰਦੀ, ਇਸ ਤਰ੍ਹਾਂ ਸਾਬਤ ਕੀਤਾ ਕਿ ਔਰਤ ਦੀ ਦੁਸ਼ਮਣ ਆ। ਜੇ ਨਹੀਂ ਦੁਸ਼ਮਣ ਸਾਨੂੰ ਕਾਲ ਕਰੋ, ਸੋ ਸਾਡੇ ਭੈਣਾਂ ਕਿਉਂ ਨੀ ਕਾਲ ਕਰਦੀਆਂ? ਹਾਂਜੀ, ਜਿੱਦਾਂ ਤੁਸੀਂ ਦੁੱਖ ਸਮਝਦੇ ਆ ਹੁਣ ਤੁਸੀਂ ਮਤਲਬ ਬਾਜਾ ਮਾਰਦੇ ਲੋਕਾਂ ਨੂੰ ਵੀ ਆਓ, ਉਹਨਾਂ ਨੂੰ ਕਾਲ ਕਰਕੇ ਦੱਸਣਾ ਚਾਹੀਦਾ ਹੈ। ਪਰ ਸਾਡੇ ਲੋਕ ਦੱਸਦੇ ਕਿਉਂ ਨੀ ਜੇ ਇਹਨਾਂ ਦੇ ਘਰ ਵਿੱਚ ਹੋਵੇ? ਇਹਦਾ ਇਹਨੂੰ ਦੱਸਣਗੇ? ਕੋਈ ਵੀ ਹੈ ਨੀ ਲੇਡੀ ਜਿਹੜੀ ਕਾਲ ਕਰਕੇ ਦੱਸੇ ਕਿ ਭਾਈ ਦੁੱਖ ਆ ਇਹ। ਦੇਖੋ ਕੁੜੀ ਨੇ ਜੋ ਹੋਇਆ ਉਹਨੇ ਸਾਰਾ ਕੁਛ ਸੱਚ ਦੱਸ ਦਿੱਤਾ, ਕੁੜੀ ਤੋਂ ਤਾਂ ਸਿੱਧਾ ਪਤਾ ਲੱਗਦਾ। ਜੋ ਜੇ ਕੋਈ ਬੱਚਾ ਕਈ ਵਾਰ ਇੱਦਾਂ ਕਹਿਣ ਦਾ ਮੇਰਾ ਬਦਨਾਮੀ ਹੋਣੀ, ਮੈਂ ਨਾ ਕੋਈ ਨਾ। ਦੁਨੀਆਂ ਵਿੱਚ ਕੋਈ ਵੀ ਭੈਣ ਹੈ ਨੀ ਗੀ, ਲੇਡੀ ਹੈ ਨੀ ਜਿਹੜੀ ਮੈਨੂੰ ਕਾਲ ਕਰ ਸਕਦੀ ਆ, ਕੋਈ ਵੀ ਹੈ ਨੀ, ਸਭ ਦੀ ਜ਼ਬਾਨ ਬੰਦ ਹੈ ਅੱਜ। ਸੋਰੀ ਟੂ ਸੇ ਦੈਟ, ਸ਼ਰਮ ਵਾਲੀ ਗੱਲ ਹੈ ਮੇਰੇ ਵਾਸਤੇ ਕਿ ਐਡਾ ਵੱਡਾ ਦੁੱਖ ਭਰਿਆ ਮੈਂ ਸ਼ੋਅ ਲਿਆਂਦਾ ਆ, ਲੋਕਾਂ ਸਾਹਮਣੇ ਲਿਆਂਦਾ ਸ਼ੋਅ, ਕਿ ਆਹ ਸਾਡੇ ਸਮਾਜ ਵਿੱਚ ਹੋ ਰਿਹਾ ਤੇ ਸਾਡੀ ਕੋਈ ਭੈਣ ਕਾਲ ਇਨ ਕਰ ਰਹੀ ਹੋਵੇ, ਸ਼ਰਮ ਮੈਨੂੰ ਆ ਰਹੀ ਆਪਣੇ ਆਪ ਤੇ। ਨੰਬਰ ਹੈ 416-972-7500 ਤੇ ਕਾਲ ਕਰੋ, 416-785 ਜਾਂ ਫਿਰ 0680 ਤੇ ਕਾਲ ਕਰ ਲਓ ਜੀ। ਨੰਬਰ 1 ਜੀ, ਥੈਂਕ ਯੂ ਸੋ ਮਚ। ਅਗਲੀ ਕਾਲ ਜੀ। ਜੀ ਬੱਸਿਆ, ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਕਹਿਣਾ ਚਾਹੁੰਦੇ ਹੋ? ਮੈਂ ਹੈਰਾਨ ਹੈ ਕਿ ਲੇਡੀਜ਼ ਕਾਲ ਕਿਉਂ ਨਹੀਂ ਕਰ ਰਹੀਆਂ, ਕਿਉਂ ਨਹੀਂ ਕਹਿ ਰਹੀਆਂ ਇਹਦੇ ਬਾਰੇ ਵਿੱਚ ਬੋਲੋ ਜੀ। ਬਾਸੀ ਸਾਹਿਬ, ਮੈਂ ਗੱਲਗਿਰੀ ਚ ਬੈਠਾ ਬੇਨਤੀ ਕਰ ਦਿੰਦਾ ਸਾਡੀਆਂ ਮਾਮਾ ਭੈਣਾਂ ਨੂੰ, ਜਿਹੋ ਜਿਹਾ ਤੁਸੀਂ ਆਪਣੇ ਕੰਮ ਕਰ ਰਹੇ ਹੋ ਥੋੜੀ ਦੇਣ ਕੋਈ ਨਹੀਂ ਦੇ ਸਕਦਾ, ਪਰ ਮੈਂ ਆਪਣੇ ਮਾਮਾ ਦੇ ਭੈਣ ਨੂੰ ਬੇਨਤੀ ਕਰਦਾ ਵੀ ਜਿਹੜੇ 5 ਮਿੰਟ ਬਾਸੀ ਦੇ ਦਿੱਤੇ ਆ ਇਹਦੇ ਵਿੱਚ ਕਾਲ ਕਰਕੇ ਇਹਨਾਂ ਨੂੰ ਬਿਜ਼ੀ ਕਰ ਦਿਓ, ਮੇਰੇ ਗੱਲਗਿਰੀ ਤੋਂ ਕਹਿਣਾ ਮੰਨੋ, ਮੇਰੀ ਮਾਮੋ ਭੈਣੋ। ਬਾਕੀ ਦੂਸਰਾ, ਮੈਂ ਲੜਕੀ ਦੇ ਨਾਲ ਚਲੋ ਹਰੇਕ ਨੂੰ ਬਾਸੀ ਸਾਹਿਬ ਹੁੰਦਾ ਵੀ ਸਾਡੇ ਲੜਕਾ ਲੜਕੀ ਕੈਨੇਡਾ ਚਲੀ ਜਾਵੇ, ਚਲੋ ਠੀਕ ਹੈ, ਤੁਸੀਂ ਆਪਣੇ ਜੋ ਵੀ ਕੰਮ ਕੀਤਾ ਨਾ ਉਹ ਲੜਕੇ ਦੀ ਕੋਈ ਆਪਣੇ ਭੈਣ ਹੋਊ ਜਾਂ ਉਹਦੀ ਮਾਤਾ ਭੈਣ ਕਿਸੇ ਦੀ ਹੈਗੀ ਆ,
ਜੇ ਕਿਸੇ ਨੇ ਇਹੋ ਜਿਹਾ ਕਰਮ ਹੋ ਜਾਵੇ ਤਾਂ ਇਹਨਾਂ ਨੂੰ ਕਿੰਨਾ ਕੁ ਦੁੱਖ ਹੋਊਗਾ। ਬਾਕੀ ਜਿਹੜਾ ਤੁਸੀਂ ਪੀਓ ਕਰਾਰ ਦਵਾਤਾ ਉਹ ਮੇਰਾ ਖਿਆਲ ਬਾਸੀ ਸਾਹਿਬ ਕਰ ਸਕਦੇ, ਹੋਰ ਕੋਈ ਨਹੀਂ ਕਰ ਸਕਦਾ। ਬੇਨਤੀ ਆ ਮੇਰੇ ਮਾਮਾ ਭੈਣਾਂ ਨੂੰ ਥੋੜਾ ਜਿਹਾ ਟਾਈਮ ਦਿੱਤਾ ਨਾ, ਇਹਦੇ ਵਿੱਚ ਬੀਜੀ ਕਰ ਦਿਓ ਬਾਸੀ ਸਾਹਿਬ ਨੂੰ, ਮੇਰੀ ਬੇਨਤੀ ਹੈ ਕੈਲਗਰੀ ਦੇ ਬੇਟੇ ਨੂੰ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਪਾਸ ਸਮਾਂ ਸਿਰਫ ਹੈਗਾ 3 ਮਿੰਟ ਦਾ, 3 ਮਿੰਟ ਦੇ ਵਿੱਚ ਕੋਈ ਭੈਣ ਹੈ ਸਾਡੀ, ਕੋਈ ਮਾਤਾ ਹੈ ਜੋ ਕਿ ਇਸ ਦੁੱਖ ਦੇ ਵਿੱਚ ਸਾਨੂੰ ਐਡਵਾਈਸ ਦੇਵੇ ਕਿ ਕੀ ਕਰਨਾ ਚਾਹੀਦਾ ਆ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਦਿੱਤੀ ਹੋਈ ਸਲਾਹ ਦੇ ਨਾਲ, ਜਦੋਂ ਲੇਡੀ ਕੋਈ ਸਲਾਹ ਦਿੰਦੀ ਆ ਤਾਂ ਉਹਦਾ ਜ਼ਿਆਦਾ ਅਸਰ ਹੁੰਦਾ ਆ, ਉਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਜਦੋਂ ਲੇਡੀ ਸੁਣੂਗੀ ਲੇਡੀ ਦੀ ਆਵਾਜ਼, ਤਾਂ ਸੋਚਣਗੀਆਂ ਸਮਝਣਗੀਆਂ ਔਰਤਾਂ ਕਿ ਭਾਈ ਅਸੀਂ ਆਪਣੀ ਧੀ ਦਾ ਵਿਆਹ ਨਹੀਂ ਕਰਨਾ, ਅਸੀਂ ਆਪਣੀ ਦੋਹਤੀ ਦਾ ਪੋਤੀ ਦਾ ਭਾਣਜੀ ਦਾ ਵਿਆਹ ਨਹੀਂ ਕਰਨਾ ਇਸ ਉਮਰ ਦੇ ਵਿੱਚ, ਉਹਦੇ ਨਾਲ ਵੀ ਇੱਦਾਂ ਹੋ ਸਕਦੀ ਹੈ। ਪਰ ਤੁਹਾਡੇ ਵੱਲੋਂ ਸਾਨੂੰ ਸਹੁਰਿੰਗਾਂ ਨੇ ਚੁੱਪ ਕਰਕੇ ਬੈਠੀਆਂ ਨੇ, ਜੇ ਹੁਣ ਕਹਿ ਦੇਵਾਂ ਮੈਂ ਇਹਨਾਂ ਨੂੰ ਸੂਟ ਫ੍ਰੀ ਦੇ ਰਿਹਾ, ਸਾਰੇ ਸ਼ਹਿਰ ਦੀਆਂ ਬੁੜੀਆਂ ਫੋਨ ਕਰਨਗੀਆਂ। ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਇਹ ਲੋਕ ਇਹੋ ਜਿਹੇ ਟੌਪਿਕ 'ਤੇ ਗੱਲ ਨਹੀਂ ਕਰਦੇ। ਸੋ ਲਾਹਣਤ ਮੈਂ ਆਪਣੇ ਆਪ 'ਤੇ ਪਾ ਰਿਹਾ, ਕਿਸੇ 'ਤੇ ਨਹੀਂ ਪਾ ਰਿਹਾ। ਸਾਨੂੰ ਗੁੱਸਾ ਇਸ ਚੀਜ਼ ਦਾ ਆ ਕਿ ਇਹਨਾਂ ਨੂੰ ਫ੍ਰੀ ਚੀਜ਼ ਦੇ ਦਿਓ ਤਾਂ ਭੱਜੀਆਂ ਜਾਣਗੀਆਂ, ਡੁੱਠੀਆਂ ਜਾਣਗੀਆਂ ਫਟਾਫਟ। ਅਸੀਂ ਜਿੱਤਿਆ ਸੀਗਾ, ਅਤੇ ਜਦੋਂ ਇਹੋ ਜਿਹੇ ਸਮਾਜ ਦੇ ਮੁੱਦੇ ਲੈ ਕੇ ਆਉਂਦੇ ਆ ਤਾਂ ਉਦੋਂ ਬਹੁਤ ਸਾਰੀਆਂ ਸਾਡੀਆਂ ਭੈਣਾਂ ਬੜੀ ਸਤਿਕਾਰਯੋਗ ਹੈ, ਬਹੁਤ ਅੱਛੇ ਵਿਚਾਰ ਦਿੰਦੀਆਂ ਨੇ। ਮੈਂ ਤੁਹਾਡੇ ਕਾਲ ਦੀ ਉਡੀਕ ਕਰ ਰਿਹਾ, ਮੈਂ ਠੀਕ 2 ਮਿੰਟ ਕਰਾਂਗਾ। ਕੋਈ ਨਾ ਕੋਈ ਭੈਣ ਜ਼ਰੂਰ ਆਪਣੇ ਦਿਲ ਦੀ ਆਵਾਜ਼ ਸਾਂਝੀ ਕਰੇ, ਇਹਨਾਂ ਨੂੰ ਦੁੱਖ ਸਾਂਝਾ ਕਰੇ। ਔਰ ਅਸੀਂ ਅੱਛਾ, ਤੁਸੀਂ ਆਪਣੀ ਧੀ ਦਾ ਅਰਲੀ ਉਮਰ ਵਿੱਚ ਵਿਆਹ ਕਰਾ ਕੇ ਕਰਕੇ ਪਛਤਾਉਂਦੇ ਹੋ ਹੁਣ ਜਾਂ ਨਹੀਂ? ਹਾਂਜੀ ਸਰ। ਮੈਂ ਤੁਹਾਡੀ ਮਦਰ ਨਾਲ ਗੱਲ ਕਰਨੀ ਚਾਹੁੰਦਾ, ਮਦਰ ਕੋਲ ਹੈ? ਮੈਂ ਛੇਤੀ ਪੱਕਾ ਹੋ ਜੂੰਗਾ, ਮੈਂ ਐ ਕਰ ਲੂੰਗਾ, ਤੁਸੀਂ ਤੂੰ ਇੱਥੇ ਰੁਲੇਗੀ, ਤੂੰ ਸਿਰਫ ਮੇਰੇ ਨਾਲ ਬਾਹਰ ਆਉਣ ਕਰਕੇ ਵਿਆਹ ਕਰਾਉਣਾ ਹੈਗਾ, ਤੂੰ ਮੈਨੂੰ ਕਹਿੰਦੀ ਆ ਮੈਨੂੰ ਬਾਹਰ ਲੈ ਜਾ, ਤੂੰ ਮੇਰੇ ਨਾਲ ਕੋਈ ਮੈਂ ਤੇਰੇ ਨਾਲ ਕੋਈ ਰਿਸ਼ਤਾ ਨੀ ਰੱਖਣਾ ਹੈਗਾ, ਮੈਂ ਇੱਥੇ ਕੁੜੀ ਦੇਖ ਲਈ, ਉਹ ਪੱਕੀ ਆ ਤੇ ਉਹਦੇ ਕੋਲ ਗੱਡੀ ਆ, ਉਹਦੇ ਕੋਲ ਘਰ ਆ, ਐਵੇਂ ਸਰ ਐਵੇਂ ਦੇ ਮੈਸੇਜ ਕਰਦੇ। ਸਰ ਝੂਠ ਬੋਲਦਾ, ਇਹ ਪੱਕਾ ਨਹੀਂ ਹੋ ਸਕਦਾ। ਪਹਿਲੀ ਗੱਲ ਹੈ ਇਹਨੂੰ ਇਮੀਗ੍ਰੇਸ਼ਨ ਨਹੀਂ ਮਿਲ ਸਕਦੀ, ਕਿਉਂਕਿ ਇਹਨੂੰ ਇਮੀਗ੍ਰੇਸ਼ਨ ਤਦ ਨਹੀਂ ਮਿਲਣੀ। ਰੀਜ਼ਨ ਇਹ ਆ ਕਿ ਇਹਦੇ ਉੱਪਰ ਚਾਰਜ ਆਰਡਰ ਲੱਗ ਚੁੱਕੇ ਨੇ, PCC ਰੀਕਲੀਨਸ ਨਹੀਂ ਮਿਲਣੀ ਪੁਲਿਸ ਤੋਂ, ਤੇ ਇਮੀਗ੍ਰੇਸ਼ਨ ਮਿਲ ਨਹੀਂ ਸਕਦੀ ਕਿਸੇ ਵੀ ਹਾਲਤ ਵਿੱਚ। ਤੇ ਜਦੋਂ ਤੇਰੀ ਸੱਸ ਨੇ ਇੰਡੀਆ ਜਾਣਾ ਤਾਂ ਏਅਰਪੋਰਟ 'ਤੇ ਇਹਦਾ ਵੈਲਕਮ ਹੋਣਾ, ਦੋਨੇ ਹੱਥ ਜਿਹੜੇ ਨੇ ਇੱਕ ਤਾਂ ਹੋ ਜਾਣੇ ਨੇ, ਕੜੀਆਂ ਲੱਗ ਜਾਣੀਆਂ, ਔਰ ਹੋ ਸਕਦਾ ਕਿ ਪੈਰਾਂ ਨੂੰ ਬੇੜੀਆਂ ਵੀ ਲਾਈਆਂ ਜਾਣ ਕਿ ਭੱਜ ਨਾ ਜਾਵੇ। ਲੋੜੀਆਂ ਵੀ ਚਾਹੀਦੀਆਂ ਇਹੋ ਜਿਹੀ ਔਰਤਾਂ ਨੂੰ, ਜਿਹਨੇ ਘਰ ਵਿੱਚ 2 ਬੱਚੇ ਆਉਣੇ ਸੀ, ਪੋਤੀ ਪੋਤਾ ਜੋ ਵੀ ਸੀ, ਇਹ ਦਾਦੀ ਬਣਨਾ ਸੀ, ਕਿਹੋ ਜਿਹੀ ਜ਼ਾਲਮ ਇਹ ਦਾਦੀ ਆ ਜਿਹਨੇ ਘਰ ਦਾ ਬਰਬਾਦੀ ਕੀਤੀ ਆ ਔਰ ਬੱਚਿਆਂ ਨੂੰ ਡਿਵੋਰਸ 'ਤੇ ਲੈ ਗਈ ਆ। ਤੁਹਾਡਾ ਵੈਸੇ ਹਸਬੈਂਡ ਤੁਹਾਨੂੰ ਪਿਆਰ ਕਰਦੇ ਸੀ ਪਹਿਲਾਂ? ਸਰ ਪਹਿਲਾਂ ਸਾਰਾ ਕੁਛ ਠੀਕ ਸੀ ਸਰ, ਜਦੋਂ ਦੀ ਮੇਰੀ ਸੱਸ ਕੈਨੇਡਾ ਗਈ ਹੈ ਉਦੋਂ ਦਾ ਹੀ ਸਾਰਾ ਕੁਛ ਹੋਇਆ ਜੀ। ਹੁਣ ਸਾਨੂੰ ਕਹਿੰਦੇ ਨੇ ਵੀ ਥੈਂਕ ਯੂ ਸੋ ਮਚ, ਸਮੇਂ ਦੀ ਘਾਟ ਹੈ। ਅਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਮੈਂ ਸੀਨੀਅਰ ਪੁਲਿਸ ਅਫਸਰ ਨਾਲ ਅਤੇ ਲੀਗਲ ਪੈਨਲ ਗੱਲਬਾਤ ਕਰਦਾ, ਕੱਲ੍ਹ ਜੱਜ ਸਾਹਿਬ ਆ ਰਹੇ ਨੇ ਸੁਪਰੀਮ ਕੋਰਟ ਦੇ, ਉਹਨਾਂ ਨਾਲ ਮੈਂ ਗੱਲਬਾਤ ਕਰਾਂਗਾ ਕਿ ਇਸ ਕੇਸ ਦੇ ਵਿੱਚ ਕੀ ਹੋ ਸਕਦਾ। ਧੰਨਵਾਦ।